ਤੁਸੀਂ ਬਾਹਰ ਸੀ ਫੁੱਟਬਾਲ ਮਿਹਨਤ ਕੀਤੀ ਸੀ ਬੜੀ ਚੰਗੀ ਜੌਬ ਹੋਣੀ ਆ ਚੰਗੀ ਤਨਖਾਹ ਮਿਲਦੀ ਰਹਿੰਦੀ ਆ ਤਨਖਾਹ ਵਧੀਆ ਸੀ होटल मैनेजमेंट की बाहर चले गए उस तो बाद मैं इतने आया इतने मतलब आपका कोई काम धंधा है नहीं सी वैसे पढ़ स्टडी कर रहा उस टाइम ਇਹ ਵਾਪਸ ਜਦੋਂ ਆਏ ਤਾਂ ਫਿਰ ਸਾਡੀ ਪਲੈਨਿੰਗ ਹੋਈ ਬਿਜ਼ਨਸ ਸ਼ੁਰੂ ਕਰਨ ਦੀ ਮੈਨੂੰ 10 ਕੁ ਸਾਲ ਹੋ ਗਏ ਸੀ ਇਹ ਲਾਈਨ 'ਚ ਵਰਕ ਕਰਦੇ ਹੋਏ ਕਿਉਂਕਿ ਆਪਾਂ ਜੌਬ ਕਰ ਰਹੇ ਹੈਗੇ ਆ ਜੌਬ ਕਰ ਰਹੇ ਹਾਂ ਪਲੱਸ ਤੁਸੀਂ ਆਪਣੇ ਖੁਦ ਪੈਰਾਂ 'ਤੇ ਖੜੇ ਹੋ ਕੇ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰੋਗੇ ਉਹ 'ਚ ਬਹੁਤ ਵਧੀਆ ਤੁਹਾਨੂੰ ਫਾਇਦਾ ਚੰਗਾ ਮਹਿਸੂਸ ਹੋਏਗਾ ਉਸ ਚੀਜ਼ ਵਿੱਚ ਘਰਦਿਆਂ ਨੇ ਆਖਿਆ ਜੌਬ ਮੰਗੇ ਰਹਿਣਾ ਉਹ ਵੀ ਜੌਬ ਕਰ ਰਹੇ ਹਾਂ ਨਹੀਂ ਨਹੀਂ ਘਰਦਿਆਂ ਨੇ ਤਾਂ ਪਹਿਲਾਂ ਥੋੜ੍ਹਾ ਬਹੁਤ ਆਖਿਆ ਸੀ ਕਿ ਵਾਪਸ ਲਾਇਆ ਉੱਥੇ ਵਧੀਆ ਹੈਗਾ ਸਿਸਟਮ ਸੈੱਟ ਹੈਗਾ ਅਸੀਂ 19 ਮਾਰਚ ਨੂੰ ਸ਼ੁਰੂਆਤ ਕੀਤੀ 21 ਨੂੰ ਲੋਕਡਾਊਨ ਲੱਗ ਗਿਆ ਪਰ ਅੱਜ ਦਾ ਪੰਜਾਬ ਤੇ ਇੱਕ ਮਾਹੌਲ ਬਣ ਚੁੱਕਿਆ ਹੈ ਕਿ ਹਰੇਕ ਬੰਦਾ ਕਹਿੰਦਾ ਮੈਂ ਪ੍ਰਸਤੀ ਵਧਾਇਸ ਕਰਨਾ ਉੱਤ ਵਧੇ ਜਾਣਾ ਸਾਰਾ ਪੈਸਾ ਉੱਥੇ ਆ ਉੱਥੇ ਰਹਿ ਪਰ ਇੱਥੇ ਕੁਝ ਨਹੀਂ ਬਚਿਆ ਪਰ ਤੁਸੀਂ ਇੱਥੇ ਕਿਵੇਂ ਕੰਮ ਸ਼ੁਰੂ ਕਰਦੇ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਹੈਗੇ ਸੀ ਉਹ ਕਹਿੰਦੇ ਇੱਕ ਵਾਰੀ ਤਾਂਗੇ ਤੇ ਬੈਠੇ ਉਹ ਤਾਂਗੇ ਵਾਲੇ ਨੂੰ ਪੁੱਛਦੇ ਵੀ ਤੇਰੀ ਕਮਾਈ ਕਿੰਨੀ ਆ ਉਹ ਕਹਿੰਦਾ 10 ਰੁਪਏ ਕੋੜਾ ਕਾ ਕਿੰਨੇ ਦਾ ਖਾਂਦਾ 2 ਰੁਪਏ ਦਾ ਉਹਦੇ ਚੱਕਿਆਂ ਨੂੰ ਗਰੀਸ ਕਿੰਨੇ ਦੀ ਕਰਾਉਂਦੇ ਆ 1.5 ਰੁਪਏ ਦੀ ਉਹਦੇ ਖੁਰ ਕਿੰਨੇ ਦੇ ਲਵਾਉਂਦੇ ਆ ਰੁਪਏ ਦੇ ਉਹਨੇ ਹਿਸਾਬ ਲਾਇਆ ਵੀ 10 ਰੁਪਏ ਵਜਦੇ ਆ 10 ਹੀ ਖਰਚਾ ਉਹਨੇ ਫਿਰ ਪੁੱਛਿਆ ਵੀ ਯਾਰ ਜੇ ਤੇਰੇ 10 ਰੁਪਏ ਕਮਾਈ ਆ 10 ਹੀ ਖਰਚਾ ਤੇ ਤੈਨੂੰ ਵਜਦਾ ਕੀ ਕਹਿੰਦਾ ਝੂਟੇ ਪੰਜਾਬ ਲੋਕਮਤ ਟੀਵੀ ਤੁਹਾਡਾ ਸਵਾਗਤ ਹੈ ਮੈਂ ਪ੍ਰਵੀਨ ਸਿੰਘ ਅੱਜ ਕੋਈ ਵੱਡੀ ਭੂਮਿਕਾ ਨਹੀਂ ਹੋਵੇਗੀ ਅਸੀਂ ਤੁਹਾਨੂੰ ਅਜੇ ਦੋ ਦੋਸਤਾਂ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਦੋਸਤੀ ਪਹਿਲੀ ਕਲਾਸ ਤੋਂ ਸ਼ੁਰੂ ਹੁੰਦੀ ਆ ਤੇ ਅੱਜ ਉਹ ਬਿਜ਼ਨਸ ਪਾਰਟਨਰ ਬਣ ਗਏ ਨੇ ਜਦੋਂ ਕਿ ਪੰਜਾਬ ਦੇ ਬਹੁਤੇ ਲੋਕ ਹੁਣ ਵਿਦੇਸ਼ਾਂ ਨੂੰ ਭੱਜ ਰਹੇ ਨੇ ਅੱਜ ਉਹ ਆਪਣੇ ਸ਼ਹਿਰ ਦੇ ਵਿੱਚ ਬੈਠ ਕੇ ਕਾਰੋਬਾਰ ਕਰ ਰਹੇ ਨੇ ਤੇ ਆਪਣੀ ਦੋਸਤੀ ਵੀ ਨਿਭਾ ਰਹੇ ਨੇ ਗੱਲ ਕਰਦੇ ਹਾਂ ਬਾਈ ਹੋਰਾਂ ਦੇ ਨਾਲ ਬਾਈ ਦਾ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਆਪਾਂ ਇੱਥੇ ਆਏ ਤੁਹਾਡਾ ਕਿਹਦਾ ਵੀ ਨਾਂ ਨਹੀਂ ਪੁੱਛਿਆ ਤੁਹਾਡਾ ਨਾਮ ਦੱਸੋ ਨਾਮ ਕੀ ਆ ਮੋਹਪ੍ਰੀਤ ਸਿੰਘ ਜੀ ਮੇਰਾ ਨਾਮ ਸਰਵੀ ਸਿੰਘ ਹੈ ਤੇ ਮੋਸਟਲੀ ਸਰਵੀ ਤੋਂ ਮੁਕਸਰ ਲਿਖਦਾ ਮੈਂ ਆਪਣੇ ਨਾਮ ਸ਼ੁਰੂਆਤ ਇੱਥੇ ਕਰਨ ਤੁਹਾਡੀ ਦੋਸਤੀ ਤੋਂ ਕਰਦੇ ਸ਼ੁਰੂਆਤ ਤੁਹਾਡੀ ਦੋਸਤੀ ਕਿਵੇਂ ਹੁੰਦੀ ਭਲਾ ਜਦੋਂ ਸਕੂਲ 'ਚ ਪੜ੍ਹਦੇ ਸੀ ਅਸੀਂ ਇਕੱਠੇ ਬਹਿੰਦੇ ਹੁੰਦੇ ਸੀ ਇੱਕੋ ਬੈਂਚ ਦੇ ਵਿੱਚ ਮਤਲਬ ਪਲੱਸ 2 ਤੱਕ ਅਸੀਂ ਇਕੱਠੇ ਪੜ੍ਹੇ ਫਿਰ ਅਲੱਗ ਅਲੱਗ ਹੋ ਗਏ ਮਤਲਬ ਮੈਂ ਆਈਟੀ ਕਰਨ ਲੱਗ ਗਏ ਇਹ ਬੀਏ ਮੁਕਸਰ ਕਰਦੇ ਸੀ ਇਹ ਮੈਂ ਬੀਏ ਫਿਰ ਫਰੀਦਕੋਟ ਕਰਨ ਲੱਗ ਗਿਆ ਉਦੋਂ ਕਾਫੀ ਟਾਈਮ ਬਾਅਦ ਮਤਲਬ ਇਹਨਾਂ ਨੇ ਹੋਟਲ ਮੈਨੇਜਮੈਂਟ ਕੀਤੀ ਬਾਹਰ ਚਲੇ ਗਏ ਉਹ ਤੋਂ ਬਾਅਦ ਮੈਂ ਇੱਥੇ ਆਇਆ ਇੱਥੇ ਮਤਲਬ ਆਪਦਾ ਕੋਈ ਕੰਮ ਧੰਦਾ ਹੈ ਨਹੀਂ ਸੀ ਵੈਸੇ ਪੜ੍ਹ ਸਟੱਡੀ ਕਰ ਰਿਹਾ ਸੀ ਉਸ ਟਾਈਮ ਇਹ ਵਾਪਸ ਜਦੋਂ ਆਏ ਤਾਂ ਫਿਰ ਸਾਡੀ ਪਲੈਨਿੰਗ ਹੋਈ ਬਿਜ਼ਨਸ ਸ਼ੁਰੂ ਕਰਨ ਤਾਂ ਇਹਨਾਂ ਦਾ ਜਿਹੜਾ ਆਈਡੀਆ ਸੀ ਵੀ ਆਪਾਂ ਰਲ ਕੇ ਬਿਜ਼ਨਸ ਇੱਦਾਂ ਸ਼ੁਰੂ ਕੀਤਾ ਜਾਵੇ ਤਾਂ ਉੱਥੋਂ ਸਟਾਰਟ ਹੋ ਗਿਆ ਤੁਸੀਂ ਬਾਹਰ ਸੀ ਫੁੱਟਬਾਲ ਮਿਹਨਤ ਕੀਤੀ ਸੀ ਬੜੀ ਚੰਗੀ ਜੌਬ ਹੋਣੀ ਆ ਚੰਗੀ ਤਨਖਾਹ ਮਿਲਦੀ ਰਹਿੰਦੀ ਆ ਤਨਖਾਹ ਵਧੀਆ ਸੀ ਤੇ ਫਿਰ ਇਹ ਕਿ ਸੋਚਦੇ ਕਿ ਸਟਾਰਟਅਪ ਕੀਤਾ ਜਾਵੇ ਪਿੰਡ ਕਰਦੇ ਵਾਪਸ ਐਕਚੁਅਲੀ ਮੈਨੂੰ 10 ਕੁ ਸਾਲ ਹੋ ਗਏ ਸੀ ਇਹ ਲਾਈਨ 'ਚ ਵਰਕ ਕਰਦੇ ਹੋਏ ਕਿਉਂਕਿ ਆਪਾਂ ਜੌਬ ਕਰ ਰਹੇ ਹੈਗੇ ਆ ਜੌਬ ਕਰ ਰਹੇ ਹਾਂ ਪਲੱਸ ਤੁਸੀਂ ਆਪਣੇ ਖੁਦ ਪੈਰਾਂ 'ਤੇ ਖੜੇ ਹੋ ਕੇ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰੋਗੇ ਉਹ 'ਚ ਬਹੁਤ ਵਧੀਆ ਤੁਹਾਨੂੰ ਫਾਇਦਾ ਚੰਗਾ ਮਹਿਸੂਸ ਹੋਏਗਾ ਉਸ ਚੀਜ਼ ਦੇ ਵਿੱਚ ਇਸ ਲਈ ਮੈਂ 5-6 ਸਾਲ ਪਹਿਲਾਂ ਮੈਂ ਸਿੱਖਿਆ ਕੰਮ ਵਰਕ ਸਿੱਖਿਆ ਐਕਚੁਅਲੀ ਮੈਂ ਪਹਿਲਾਂ ਸਿੱਖਣ ਲਈ ਗਿਆ ਹੋਇਆ ਸੀ ਕਿ ਸਿੱਖ ਕੇ ਵੀ ਆਪਣਾ ਤੁਸੀਂ ਆਪਣੇ ਪੈਰਾਂ 'ਤੇ ਇੱਥੇ ਖੁਦ ਦਾ ਆਪਦਾ ਸਟੈਂਡ ਕਰ ਸਕਦੇ ਸੀ ਉਸ ਤੋਂ ਬਾਅਦ ਮੈਂ ਉੱਥੋਂ ਛੱਡ ਕੇ ਵੀ ਪਲੈਨ ਕੀਤੀ ਇੱਥੇ ਆ ਕੇ ਵੀ ਮੈਂ ਆਪਣਾ ਸਟੈਂਡ ਕੀਤਾ ਤਾਂ ਕਿ ਲੰਬੇ ਟਾਈਮ ਤੱਕ ਮੈਂ ਜਦੋਂ ਏਜ ਵੀ ਹੋ ਗਏ ਤਾਂ ਤੁਸੀਂ ਇੱਥੇ ਬੈਠ ਕੇ ਇਹਨੂੰ ਦੇਖ ਸਕਦੇ ਹੋ ਜੌਬ ਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਤੁਸੀਂ ਹੋਰ 10 ਜਾਂ 20 ਸਾਲ ਜੌਬ ਕਰੋ ਕੋਈ ਸਿਕਿਉਰਿਟੀ ਕੋਈ ਨਹੀਂ ਹੈਗੀ ਵੀ ਤੁਹਾਨੂੰ ਕਦੋਂ ਉਹ ਬਾਹਰ ਭੇਜ ਸਕਦੇ ਹੈਗੇ ਘਰ ਨੂੰ ਇਸ ਲਈ ਮੈਂ ਸੋਚਿਆ ਵੀ ਕਿਉਂ ਨਾ ਆਪਣਾ ਸੇਫਟੀ ਸਿਕਿਉਰ ਤੁਸੀਂ ਆਪਣਾ ਸਿਸਟਮ ਚਲਾ ਲਓ ਤੁਹਾਡੇ ਦੋਸਤਾਂ ਤੁਹਾਨੂੰ ਸੁਝਾਅ ਆਉਂਦਾ ਹੈ ਕਿ ਆਪਾਂ ਕੋਈ ਕੰਮ ਸ਼ੁਰੂ ਕਰੀਏ ਫਿਰ ਇਹ ਕੀ ਸੋਚਿਆ ਕਿ ਬੇਕਰੀ ਕੀਤੀ ਜਾਵੇ ਅਸਲ ਦੇ ਵਿੱਚ ਮੈਂ ਸਟੱਡੀ ਕਰ ਰਿਹਾ ਸੀ ਨਾ ਪਾਸ ਆਊਟ ਹੋ ਗਏ ਸੀ ਸਟੱਡੀ ਤੋਂ ਬਾਅਦ ਤਾਂ ਇਹ ਸੀ ਵੀ ਜਿਵੇਂ ਆਪਣੇ ਜ਼ਮੀਨਾਂ ਹੁੰਦੀਆਂ ਤਾਂ ਖੇਤੀ ਤਾਂ ਹੋ ਨਹੀਂ ਸਕਦੀ ਸੀ ਕਿਉਂਕਿ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਹੁੰਦੇ ਸੀ ਉਹਨਾਂ ਦੇ ਬਾਅਦ ਖੇਤੀ ਦਾ ਕੋਈ ਵੱਲ ਨਹੀਂ ਸੀ ਉਹਨਾਂ ਨੇ ਕੀਤੀ ਨਹੀਂ ਨੌਕਰੀ ਤਾਂ ਜਦੋਂ ਵੀਰ ਮਿਲੇ ਇਹਨਾਂ ਨੇ ਦੱਸਿਆ ਵੀ ਯਾਰ ਆਪਾਂ ਇੱਦਾਂ ਦੀ ਬੇਕਰੀ ਸਟਾਰਟ ਕਰ ਸਕਦੇ ਹਾਂ ਤਾਂ ਸਾਡੀ ਮਤਲਬ ਅੱਛੀ ਪਹਿਲਾਂ ਹੀ ਜਿਹੜਾ ਹੈਗਾ ਸੀ ਰਿਲੇਸ਼ਨ ਅੱਛਾ ਸੀ ਤਾਂ ਸਾਨੂੰ ਲੱਗਿਆ ਵੀ ਯਾਰ ਦੋਵੇਂ ਅਸੀਂ ਕਰ ਲਾਂਗੇ ਕਿਉਂਕਿ ਮੇਰੀ ਥੋੜ੍ਹਾ ਇੱਥੇ ਲੋਕਲ ਜਾਣ ਪਛਾਣ ਅੱਛੀ ਸੀ ਲੋਕਾਂ ਦੇ ਵਿੱਚ ਹੈ ਨਾ ਅਤੇ ਇਹਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਸੀ ਤਾਂ ਪਰਮਾਤਮਾ ਵੱਲੋਂ ਇਸ ਚੀਜ਼ ਦਾ ਸ਼ੁਕਰ ਆ ਵੀ ਸਾਨੂੰ ਸਾਡੇ ਸ਼ਹਿਰ ਵਾਲਿਆਂ ਨੇ ਬੜਾ ਸਾਥ ਦਿੱਤਾ ਸਾਡੇ ਯਾਰਾਂ ਦੋਸਤਾਂ ਨੇ ਬਹੁਤ ਸਾਥ ਦਿੱਤਾ
ਵੀ ਜਿਵੇਂ ਅਸੀਂ ਬੇਕਰੀ ਸ਼ੁਰੂ ਕੀਤੀ ਤਾਂ ਮੋਸਟਲੀ ਉਹਨਾਂ ਨੇ ਸਾਨੂੰ ਆ ਕੇ ਸੁਝਾਅ ਦਿੱਤੇ, ਕਿਸੇ ਨੇ ਕਿਹਾ ਵੀ ਇੱਥੇ ਦੁਕਾਨ ਲਓ, ਕਿਸੇ ਨੇ ਕਿਹਾ ਮਸ਼ੀਨ ਲਓ ਜਾਂ ਚੀਜ਼ਾਂ ਕਰੋ, ਤਾਂ ਅੱਜ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਅਰਨਿੰਗ ਕਰ ਰਹੇ ਹਾਂ, ਸਾਡਾ ਕਾਫੀ ਮਤਲਬ ਰਿਲੈਕਸ ਹੈ ਇਸ ਚੀਜ਼ ਤੋਂ ਵੀ ਬਹੁਤ ਵਧੀਆ ਚੱਲ ਰਿਹਾ। ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਆ, ਕਿਉਂਕਿ ਮੈਨੂੰ 10-11 ਸਾਲ ਹੋ ਗਏ ਸੀ ਘਰੋਂ ਨਿਕਲੇ। ਮੈਂ 2009 ਦੇ ਵਿੱਚ ਘਰੋਂ ਚਲਾ ਗਿਆ ਸੀ, ਉਸ ਤੋਂ ਬਾਅਦ ਮੈਨੂੰ 2019 ਦੇ ਵਿੱਚ ਮੈਂ ਵਾਪਸ ਆ ਕੇ ਆਪਣਾ ਮੀਨਸ ਫੈਮਿਲੀ ਨਾਲ ਰਹਿਣਾ ਦੁਬਾਰਾ ਸ਼ੁਰੂ ਕੀਤਾ ਹੈਗਾ। ਇਸ ਲਈ ਮੈਨੂੰ ਇੱਥੇ ਥੋੜ੍ਹਾ ਰਿਲੈਕਸ ਲੱਗਿਆ ਹੈਗਾ, ਮੀਨਸ ਥੋੜ੍ਹਾ ਜ਼ਿੰਦਗੀ ਕੀ ਹੁੰਦੀ ਹੈ ਪੇਰੈਂਟਸ ਨਾਲ, ਪਲੱਸ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਮਿਲਦੇ ਹੈਗੇ ਆ, ਉੱਥੇ ਇਹ ਲਾਈਫ ਨਹੀਂ ਹੈਗੀ। ਇਸ ਲਈ ਮੈਂ ਸੋਚਿਆ ਵੀ ਕਿਉਂ ਨਾ ਹੁਣ ਟਾਈਮ ਆਪਣੀ ਫੈਮਿਲੀ ਨਾਲ ਸਪੈਂਡ ਕੀਤਾ ਜਾ ਸਕੇ, ਇਸੇ ਕਰਕੇ ਮੈਂ ਉੱਥੋਂ ਮੀਨਸ ਵਾਪਸ ਆ ਗਿਆ ਸੀ, ਤਾਂ ਕਰਕੇ ਇੱਥੇ ਆਹ ਸਿਸਟਮ ਸਟਾਰਟ ਹੋ ਗਿਆ। ਹਾਂਜੀ, ਅਸੀਂ 19 ਮਾਰਚ ਨੂੰ ਸ਼ੁਰੂਆਤ ਕੀਤੀ, 21 ਨੂੰ ਲੋਕਡਾਊਨ ਲੱਗ ਗਿਆ, ਤਾਂ ਵਧੀਆ ਚੀਜ਼ ਸੀ। ਚਲੋ ਕੁਦਰਤ ਵੱਲੋਂ ਉਸ ਟਾਈਮ ਤਾਂ ਇਹ ਲੱਗਦਾ ਸੀ ਪਤਾ ਨਹੀਂ ਕੀ ਹੋਊਗਾ, ਪਰ ਉਹ ਇਹੋ ਜਿਹੇ ਟਾਈਮ ਤੁਹਾਡੀਆਂ ਯਾਦਾਂ ਬਣ ਜਾਂਦੀਆਂ, ਤਾਂ ਅਸੀਂ ਹੌਲੀ ਹੌਲੀ ਕੀ ਕਰਨਾ ਵੀ ਸਾਡੇ ਕੋਲ ਜਿਹੜੇ ਕਾਰੀਗਰ ਸੀ ਉਹਨਾਂ ਨੂੰ ਅਸੀਂ ਛੁੱਟੀ ਕਰਤੀ, ਹੈ ਨਾ, ਚਲੇ ਗਏ ਕੁਛ ਕੁ ਵਾਪਸ ਜਾਣਾ ਸੀ, ਤਾਂ ਸਾਡੇ ਕੋਲ ਇੱਕ ਕਾਰੀਗਰ ਸੀ ਤਾਂ ਮੋਸਟਲੀ ਅਸੀਂ ਉਹਦੇ ਨਾਲ ਲੱਗ ਕੇ ਜਿਹੜਾ ਅਸੀਂ ਆਪ ਕੰਮ ਕਰਦੇ ਹੁੰਦੇ ਸੀ। ਥੋੜ੍ਹਾ ਉਸ ਟਾਈਮ ਨੇ ਸਾਨੂੰ ਸਿਖਾਇਆ ਵੀ ਆ, ਥੋੜ੍ਹਾ ਜਿਹਾ ਤੁਸੀਂ ਸਲੋ ਪ੍ਰੋਸੈਸ ਚੱਲਦੇ ਆ ਤਾਂ ਤੁਹਾਨੂੰ ਜ਼ਿਆਦਾ ਚੀਜ਼ਾਂ ਮਤਲਬ ਪਤਾ ਲੱਗਦੀਆਂ ਰਹਿੰਦੀਆਂ, ਤਾਂ ਉਹਦੇ ਵਿੱਚ ਸਾਨੂੰ ਬੜਾ ਵਧੀਆ ਲੱਗਿਆ ਵੀ ਲੋਕਡਾਊਨ 'ਚ ਸ਼ੁਰੂ ਹੋਇਆ, ਅਤੇ ਮੋਸਟਲੀ ਕਾਫੀ ਲੋਕਾਂ ਦੇ ਤਾਂ ਆਊਟਲੈਟ ਬੰਦ ਹੋ ਗਏ, ਪਰਮਾਤਮਾ ਦੀ ਸਾਡੇ 'ਤੇ ਕਿਰਪਾ ਰਹੀ ਵੀ ਅਸੀਂ ਆਪਦਾ ਕੰਮ ਇਮਾਨਦਾਰੀ ਨਾਲ ਕੀਤਾ, ਬਾਕੀ ਲੋਕਾਂ ਦਾ ਸਾਥ ਰਿਹਾ ਅਤੇ ਸਾਡਾ ਕੰਮ ਵਧੀਆ ਜਿਹੜਾ ਸੈੱਟ ਹੋ ਗਿਆ। ਪਰ ਅੱਜ ਦਾ ਪੰਜਾਬ 'ਤੇ ਇੱਕ ਮਾਹੌਲ ਬਣ ਚੁੱਕਿਆ ਕਿ ਹਰੇਕ ਬੰਦਾ ਕਹਿੰਦਾ ਮੈਂ ਪਲੱਸ ਟੂ ਕੋਲ ਆਈਲੈਟਸ ਕਰਨਾ, ਉੱਤ ਵਧੇ ਜ਼ਿਆਦਾ, ਸਾਰਾ ਪੈਸਾ ਉੱਥੇ ਆ, ਉੱਥੇ ਰਹਿ ਮਾ, ਇੱਥੇ ਕੁਛ ਨਹੀਂ ਬਚਿਆ, ਪਰ ਤੁਸੀਂ ਇੱਥੇ ਕਿਵੇਂ ਕੰਮ ਸ਼ੁਰੂ ਕਰਦਾ? ਮੈਂ ਅਕਸਰ ਇੱਕ ਗੱਲ ਜ਼ਿਕਰ ਕਰਦਾ ਹੁੰਦਾ ਵੀ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਹੈਗੇ ਸੀ ਉਹ ਕਹਿੰਦੇ ਇੱਕ ਵਾਰੀ ਤਾਂਗੇ 'ਤੇ ਬੈਠੇ, ਉਹ ਤਾਂਗੇ ਵਾਲੇ ਨੂੰ ਪੁੱਛਦੇ ਵੀ ਤੇਰੀ ਕਮਾਈ ਕਿੰਨੀ ਆ, ਉਹ ਕਹਿੰਦੇ 10 ਰੁਪਏ, ਘੋੜਾ ਕਾ ਕਿੰਨੇ ਦਾ ਖਾਂਦਾ 2 ਰੁਪਏ ਦਾ, ਉਹਦੇ ਚੱਕਿਆਂ ਨੂੰ ਗਰੀਸ ਕਿੰਨੇ ਦੀ ਕਰਾਉਂਦੇ ਹਾਂ 1.5 ਰੁਪਏ ਦੀ, ਉਹਦੇ ਖੁਰ ਕਿੰਨੇ ਦੇ ਲਵਾਉਂਦੇ ਹਾਂ 1 ਰੁਪਏ ਦੇ, ਉਹਨੇ ਹਿਸਾਬ ਲਾਇਆ ਵੀ 10 ਰੁਪਏ ਵੱਜਦੇ ਆ, 10 ਹੀ ਖਰਚਾ। ਉਹਨੇ ਫਿਰ ਪੁੱਛਿਆ ਵੀ ਯਾਰ ਜੇ ਤੇਰੀ 10 ਰੁਪਏ ਕਮਾਈ ਆ, 10 ਹੀ ਖਰਚਾ, ਅਤੇ ਤੈਨੂੰ ਵੱਜਦਾ ਕੀ? ਕਹਿੰਦਾ ਝੂਟੇ। ਮਤਲਬ ਮੋਸਟਲੀ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਵੀ ਲੋਕ ਜਾ ਰਹੇ ਆ, ਸ਼ਾਇਦ ਠੀਕ ਆ, ਉਹਨਾਂ ਨੂੰ ਪੈਸਾ ਬਚੀ ਜਾਂਦਾ, ਪਰ ਬਹੁਤ ਵੱਡੀਆਂ ਚੀਜ਼ਾਂ ਗਵਾ ਰਹੇ ਆ। ਤੁਸੀਂ ਆਪਦੇ ਮਾਂ ਪਿਓ, ਆਪਦੇ ਬੱਚਿਆਂ 'ਚ ਰਹੇ ਨੇ, ਠੀਕ ਆ, ਬੜੇ ਲੋਕ ਇੱਦਾਂ ਦੇ ਆ, ਮਤਲਬ ਮੈਂ ਜਾਣਦਾ, ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ, ਉਹਨਾਂ ਦੇ ਪੇਰੈਂਟਸ ਇੱਧਰ ਬੈਠੇ ਆ, ਠੀਕ ਆ, ਬੱਚੇ ਆ ਉਹ ਬਾਹਰ ਫਿਰਦੇ ਆ, ਠੀਕ ਆ, ਤਾਂ ਉਹ ਪ੍ਰੋਬਲਮ ਕਿਤੇ ਨਾ ਕਿਤੇ ਸੁਸਾਇਟੀ 'ਚ ਹੁੰਦੀ ਹੈ। ਦੇਖੋ ਤੁਸੀਂ, ਮੈਂ ਇਸ ਨੂੰ ਮੰਨਦਾ ਵੀ ਤੁਸੀਂ ਆਪਦੇ ਪਰਿਵਾਰ ਦੇ ਨੇੜੇ ਰਹੋਗੇ, ਆਪਦੇ ਬੱਚਿਆਂ ਦੇ ਨੇੜੇ ਰਹੋਗੇ, ਇਹ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ, ਠੀਕ ਆ। ਇਕੱਲਾ ਪੈਸਾ ਵੀ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਨਹੀਂ ਹੁੰਦਾ, ਠੀਕ ਆ। ਤੁਹਾਨੂੰ ਇਸ ਸਭ ਤੋਂ ਵੱਡੀ ਚੀਜ਼ ਇਹ ਆ ਵੀ ਤੁਸੀਂ ਸ਼ਹਿਰ ਦੇ ਵਿੱਚ ਤੁਹਾਡਾ ਨਾਮ ਬਣਦਾ, ਤੁਹਾਨੂੰ ਲੋਕ ਜਾਣਦੇ ਆ, ਠੀਕ ਆ, ਤੁਸੀਂ ਦੱਸਦੇ ਆ ਵੀ ਯਾਰ ਲੋਕਾਂ ਨੂੰ ਵੈਸੇ ਹੀ ਪਤਾ ਹੁੰਦਾ ਵੀ ਨਭ ਇੱਕ ਰਹਿਣਾ ਦੀ ਆ, ਇੱਥੇ ਇਹਨਾਂ ਦਾ ਘਰ ਆ, ਜਾਣ ਪਛਾਣ, ਉਹ ਬੜੀ ਵਧੀਆ ਚੀਜ਼ ਹੁੰਦੀ ਆ। ਬਾਹਰ ਤੁਸੀਂ ਚਲੇ ਜਾਓ, ਕਰੋੜਾਂ ਕਮਾਈ ਜਾਓ, ਉਹਦਾ ਐਡੀ ਵੈਲਿਊ ਨਹੀਂ। ਅਕਸਰ ਅਸੀਂ, ਮੈਂ ਛੋਟਾ ਸ਼ਹਿਰ ਆ ਸਾਡਾ, ਇਹ ਗੱਲ ਕਰਦਾ, ਤੁਸੀਂ ਸਾਈਕਲ ਵੀ ਲੈ ਲਓਗੇ ਨਾ ਤਾਂ 10 ਸ਼ਹਿਰ ਤੁਹਾਨੂੰ ਵਧਾਈਆਂ ਦੋਗੇ, ਚੱਲ ਤੈਨੂੰ ਵਧਾਈ ਹੋ ਯਾਰ ਸਾਈਕਲ ਲੈ ਲਿਆ। ਵੱਡੇ ਤੁਸੀਂ ਬੈਟਲੀ ਗੱਡੀ ਲੈ ਲਓ, ਭਣਾ ਜਿਹੜੀ ਓਡੀ ਲੈ ਲਓ, ਫੋਰਨ ਦੇ ਵਿੱਚ ਇਹ ਚੀਜ਼ਾਂ ਪਤਾ ਨਹੀਂ ਲੱਗਦੀਆਂ। ਤਾਂ ਮੇਰੇ ਅਕੋਰਡਿੰਗ ਇਹ ਵੀ ਤੁਸੀਂ ਜਿੰਨਾ ਵੀ ਤੁਸੀਂ ਆਪਦੇ ਸ਼ਹਿਰ 'ਚ ਰਹੋਗੇ ਉਨਾ ਜ਼ਿਆਦਾ ਵਧੀਆ, ਮੈਨੂੰ ਵਧੀਆ ਲੱਗਦਾ, ਸ਼ਾਇਦ ਮੈਂ ਗਲਤ ਵੀ ਹੋ ਸਕਦਾ, ਮੈਂ ਜ਼ਰੂਰੀ ਨਹੀਂ ਮੈਂ ਸਹੀ ਹਾਂ ਇਸ ਚੀਜ਼ 'ਚ। ਅਸੀਂ ਇੱਕ ਹੋਰ ਚੀਜ਼ ਵੀ ਦੇਖਦੇ ਹਾਂ ਨਾ, ਆਪਾਂ ਜਿਹੜੇ ਨੌਜਵਾਨ ਇਹ ਗੱਲ ਕਹਿੰਦੇ ਆ ਕਿ ਇਹਦਾ ਕੰਮ ਹੈ ਨਹੀਂ, ਅਸੀਂ ਕੰਮ ਕਰੂ ਤਿਆਰ ਹਾਂ ਪਰ ਕੰਮ ਹੈ। ਕੰਮ ਤਾਂ ਐਕਚੁਅਲੀ ਤੁਹਾਨੂੰ ਤੁਹਾਡੇ ਉੱਪਰ ਡਿਪੈਂਡ ਹੀ ਕਰਦਾ ਵੀ ਤੁਸੀਂ ਕਰਨਾ ਚਾਹੁੰਦੇ ਹੈਗੇ ਕਿ ਨਹੀਂ ਕਰਨਾ ਚਾਹੁੰਦੇ ਹੈਗੇ। ਕੰਮ ਤਾਂ ਹੈਗਾ ਹੀ ਹੈਗਾ ਇੱਥੇ, ਅਸੀਂ ਵੀ ਤਾਂ ਹੁਣ ਮੀਨਸ ਕੰਮ ਤਾਂ ਸਾਨੂੰ ਵੀ ਵੈਸੇ ਬਰਾਬਰ ਹੀ ਚੱਲੀ ਜਾਂਦਾ ਹੈਗਾ ਐਕਚੁਅਲੀ, ਜਿੰਨਾ ਕੁ ਦੁਬਈ ਅਸੀਂ ਵਰਕ ਕਰ ਰਹੇ ਹਾਂ ਉਨਾ ਹੀ ਇੱਥੇ ਸਾਨੂੰ ਇਨਕਮ ਆ ਰਹੀ ਹੈਗੀ। ਇੱਥੇ ਵੀ ਕੰਮ ਹੈਗਾ ਪਰ ਉਹਨੂੰ ਸਹੀ ਢੰਗ ਤਰੀਕੇ ਨਾਲ ਜੇ ਤੁਸੀਂ ਕਰੋਗੇ ਤਾਂ ਤੁਸੀਂ ਜ਼ਰੂਰ ਸਕਸੈਸ ਹੋਵੋਗੇ। ਨੌਜਵਾਨਾਂ ਵੀ ਖਰਚਾ ਹੁੰਦਾ ਕਿ ਅਸੀਂ ਸਕਿੱਲ ਵਾਲੇ ਵੀ ਹੈਗੇ ਹਾਂ, ਕੰਮ ਕਰਨ ਨੂੰ ਵੀ ਤਿਆਰ ਹਾਂ ਪਰ ਕੰਮ ਹੈ ਨਹੀਂ ਪੰਜਾਬ 'ਚ। ਪਹਿਲੇ ਕੰਪਨੀਆਂ ਆਉਂਦੀਆਂ ਉਹ ਕਹਿੰਦੀਆਂ ਕਿ ਪੰਜਾਬ ਦੇ ਮੁੰਡੇ ਤਾਂ ਸਕਿੱਲ ਹੀ ਹੈ ਨਹੀਂ ਕੁਛ ਕਰਨ ਨੂੰ ਤਿਆਰ, ਸੱਚ ਹੈ ਇਹ? ਉਹਦੇ ਵਿੱਚ ਚੀਜ਼ ਹੈ ਵੀ ਪਹਿਲੀ ਚੀਜ਼ ਹੈ ਵੀ ਸਕਿੱਲ ਅਸੀਂ ਸਿੱਖਣਾ ਨਹੀਂ ਚਾਹੁੰਦੇ। ਮੰਨ ਲਓ ਮੇਰੇ, ਸਾਡੇ ਕੋਲ ਵੀ ਬੜੇ ਲੋਕ ਆਉਂਦੇ ਆ ਯਾਰ, ਬੇਕਰੀ ਕਰ ਲਈਏ, ਪੈਸੇ ਵੱਜਦੇ ਆ,
ਕਿੰਨੇ ਕੁ ਪੈਸੇ ਲੱਗਣਗੇ, ਕਿਵੇਂ ਲੱਗਣਗੇ ਪੁੱਛ ਕੇ ਚਲੇ ਜਾਂਦੇ ਆ। ਪਰ ਮੈਂ ਕਹਿੰਦਾ ਵੀ ਜਿਹੜਾ ਕੰਮ ਤੁਸੀਂ ਕਰਨਾ ਤਾਂ ਘੱਟੋ ਘੱਟ ਤੁਸੀਂ ਉਹ ਕੰਮ ਦੇ ਵਿੱਚ ਮਹੀਨਾ ਦੋ ਮਹੀਨੇ ਜਿਹੜਾ ਉਸ ਤਰ੍ਹਾਂ ਦਾ ਕੰਮ ਕਰ ਰਹੇ ਆ, ਜਿਵੇਂ ਬੇਕਰੀ ਕਰ ਰਹੇ ਤਾਂ ਬੇਕਰੀ ਵਾਲੇ ਕਿਸੇ ਬੰਦੇ ਨਾਲ ਰਹੋ, ਤੁਹਾਨੂੰ ਉਹਦੀਆਂ ਪ੍ਰੋਬਲਮਸ ਉਹ ਪਤਾ ਲੱਗਣ, ਤੁਹਾਨੂੰ ਉਹਦਾ ਡੀਮੈਰਿਟ ਮੈਰਿਟ ਪਤਾ ਲੱਗਣ, ਫਿਰ ਤੁਸੀਂ ਕੰਮ ਸ਼ੁਰੂਆਤ ਕਰੋ। ਫਿਰ ਅਗਲੀ ਚੀਜ਼ ਆ ਵੀ ਕੰਮ ਕਿਉਂ ਨਹੀਂ ਕਰ ਪਾਉਂਦੇ, ਕਿਉਂਕਿ ਅਸੀਂ ਲੋਕਾਂ ਵੰਨੀ ਜ਼ਿਆਦਾ ਦੇਖਦੇ ਹਾਂ, ਆਪਦੇ ਰਿਸ਼ਤੇਦਾਰਾਂ ਵੰਨੀ ਜ਼ਿਆਦਾ ਉਹਨਾਂ ਦੀਆਂ ਰਹਿ ਲੈਂਦੇ ਹਾਂ। ਤੁਸੀਂ ਮੋਸਟਲੀ ਮੈਂ ਦੇਖਦਾ ਹੁੰਦਾ ਤੁਸੀਂ ਕੱਪੜੇ ਸਵਾਉਣ ਚਲੇ ਜਾਓ, ਕੱਪੜੇ ਲੈਣ ਚਲੇ ਜਾਓ, ਤੁਸੀਂ ਬੰਦੇ ਜਦੋਂ ਲੈਣ ਜਾਂਦੇ ਆ ਹੋਰ ਹੁੰਦੇ ਆ, ਜਦੋਂ ਸਵਾਉਣ ਜਾਂਦੇ ਆ ਉਦੋਂ ਹੋਰ ਹੁੰਦੇ ਆ, ਫੜਾਉਣ ਜਾਂਦੇ ਆ ਉਹਨੂੰ, ਜਦੋਂ ਸਵਾ ਕੇ ਲਿਆਉਂਦੇ ਹੋਰ ਹੁੰਦੇ ਆ। ਤਾਂ ਸਾਰਿਆਂ ਦੀ ਕਿਸੇ ਦੀ ਰਹਿ ਨਹੀਂ ਹੁੰਦੀ। ਮੰਨ ਲਓ ਜੇ ਤੁਸੀਂ ਪੈਂਟ ਸ਼ਰਟ ਕੋਈ ਕਿਸੇ ਕਲਰ ਦਾ ਲੈ ਕੇ ਆਏ ਆ, ਦੂਜੇ ਨੂੰ ਪਸੰਦ ਨਹੀਂ ਹੁੰਦਾ, ਤਾਂ ਜਿਹੜੇ ਬੰਦੇ ਨੇ ਕਈ ਡਾਇਰੈਕਸ਼ਨ ਫੜਨੀ ਆ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਚਾਰ ਚੀਜ਼ਾਂ ਹਮੇਸ਼ਾ ਹੁੰਦੀਆਂ। ਜੇ ਤੁਸੀਂ ਕੋਈ ਕੰਮ ਸ਼ੁਰੂ ਕਰੋਗੇ ਪਹਿਲਾਂ ਉਹਦਾ ਵਿਰੋਧ ਬਣੂਗਾ। ਅਸੀਂ ਕੰਮ ਸ਼ੁਰੂ ਕੀਤਾ ਤਾਂ ਮੋਸਟਲੀ ਸਾਡੇ ਆਸੇ ਪਾਸੇ ਵੀ ਇਹ ਗੱਲਾਂ ਨੂੰ ਸੁਣਨ ਨੂੰ ਮਿਲੀਆਂ, ਯਾਰ ਵੀ 25-25 ਲੱਖ ਰੁਪਇਆ ਬਿਜ਼ਨਸ 'ਤੇ ਲਾ ਰਹੇ ਆ, ਕੀ ਪਤਾ ਚੱਲੇ ਜਾਂ ਨਾ ਚੱਲੇ, ਮੋਸਟਲੀ ਇਹ ਗੱਲ ਹੀ ਹੋਣੀ ਸੀ। ਫਿਰ ਉਹਨਾਂ ਨੂੰ ਐਂ ਸੀ ਵੀ ਇਹ ਕਿੱਥੇ ਚਲਾ ਸਕਦੇ, ਮਜ਼ਾਕ ਬਣਿਆ। ਹੌਲੀ ਹੌਲੀ ਉਹਨਾਂ ਨੂੰ ਲੱਗਿਆ ਵੀ ਕੰਮ ਚੱਲਦਾ, ਅੱਜ ਉਹੀ ਲੋਕ ਸਾਡੇ ਤੋਂ ਰਾਏ ਲੈਂਦੇ ਆ, ਬੜੇ ਲੋਕ ਵੀ, ਯਾਰ ਕੰਮ ਕਿਵੇਂ ਚਲਾ ਕੇ ਕੀ ਠੀਕ ਆ। ਤਾਂ ਇਹਦੇ ਵਿੱਚ ਇਹ ਚੀਜ਼ ਆ ਵੀ ਤੁਹਾਨੂੰ ਸਿੱਖਣ ਦੀ ਲੋੜ ਹੈ ਇਸ ਚੀਜ਼ ਨੂੰ, ਤੁਹਾਨੂੰ ਸਮਝਣ ਦੀ ਲੋੜ ਹੈ ਯਾਰ ਵੀ ਠੀਕ ਆ ਅਸੀਂ ਵਿਆਹ ਦੇ ਉੱਤੇ 20 ਲੱਖ ਰੁਪਇਆ ਲਾ ਰਹੇ ਹਾਂ, ਵੀ ਯਾਰ ਉਹ 2 ਦਿਨਾਂ 'ਚ ਉੱਡ ਜਾਣਾ, ਉਹ ਅਸੀਂ ਆਪਦੇ ਵਿਆਹ 'ਤੇ 20 ਲੱਖ ਰੁਪਇਆ ਲਾ ਲਿਆ, ਉਹ 2 ਦਿਨਾਂ 'ਚ ਉੱਡ ਗਿਆ, ਪਰ ਬਿਜ਼ਨਸ 'ਤੇ ਅਸੀਂ 1 ਲੱਖ ਰੁਪਇਆ ਲੱਗੇ ਵੀ 10 ਵਾਰੀ ਸੋਚਾਂਗੇ ਸਾਨੂੰ ਘਾਟਾ ਨਾ ਪੈ ਜਾਵੇ, ਕਿਉਂਕਿ ਜੇ ਘਾਟਾ ਵੀ ਪੈ ਜਾਂਦਾ ਤਾਂ ਅਸੀਂ ਅਗਲਾ ਸਟੈਪ ਲਵਾਂਗੇ। ਘਾਟੇ ਤੋਂ ਸਿੱਖਣ ਦੀ ਲੋੜ ਆ, ਨਾ ਕਿ ਘਾਟੇ ਤੋਂ ਅਸੀਂ ਢੇਰੀ ਢਾ ਕੇ ਬਹਿ ਜਾਈਏ ਵੀ ਸਾਨੂੰ ਤਾਂ ਯਾਰ ਘਾਟਾ ਪੈ ਗਿਆ, ਠੀਕ ਆ, ਨੈਗੇਟਿਵ ਨਹੀਂ ਹੋਣਾ, ਠੀਕ ਆ। ਕਿਉਂਕਿ ਉਹ ਅਕਸਰ ਇੱਕ ਗਾਣਾ ਸੀ ਕਹਿੰਦਾ ਮੈਂ ਮਾੜਾ ਸਮਾਂ ਵੀ ਚੰਗਾ ਹੁੰਦਾ ਜਿਹੜਾ ਚੰਗਿਆਂ ਦੀ ਪਰਖ ਕਰਾ ਜਾਂਦਾ, ਤਾਂ ਉਹ ਚੀਜ਼ ਨੂੰ ਸਿੱਖ ਸਿਖਾਉਂਦੀ ਆ ਜੇ ਸਿੱਖਣ ਵਾਲੇ ਦਾ ਤੁਸੀਂ। ਜਿਹੜੀ ਚੀਜ਼ ਹੈ ਨਾ ਵੀ ਕੁਛ ਵੀ ਚੀਜ਼ ਸ਼ੁਰੂ ਕਰਦੇ ਹਾਂ ਤਾਂ ਤੁਹਾਨੂੰ ਪ੍ਰੋਪਰ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੁੰਦੀ, ਇਹ ਸਮਾਜ ਹੀ ਆ, ਤੁਸੀਂ ਕੋਈ 4 ਚੀਜ਼ਾਂ ਬਣਾਉਂਦੇ ਆ ਉਹਦੇ ਵਿੱਚ ਤੁਹਾਨੂੰ ਕਸਟਮਰ ਨੇ ਸਿਖਾਉਣਾ, ਠੀਕ ਆ। ਜਿਵੇਂ ਸਾਡੀ ਸਟਾਰਟਿੰਗ ਦੇ ਵਿੱਚ ਚਲੋ ਫਾਈਨੈਂਸ਼ੀਅਲ ਸਾਨੂੰ ਫੈਮਿਲੀ ਨੇ ਸਪੋਰਟ ਕਰਤਾ, ਪਰ ਉਹ ਤੋਂ ਬਾਅਦ ਅਸੀਂ ਸਾਨੂੰ ਇਹ ਨਹੀਂ ਪਤਾ ਸੀ ਲੇਬਰ ਨਾਲ ਡੀਲਿੰਗ ਕਿਵੇਂ ਕਰਨੀ ਹੁੰਦੀ ਸੀ, ਲੇਬਰ ਨੇ ਸਿਖਾਇਆ, ਠੀਕ ਆ। ਵੀ ਅਸੀਂ ਕੁਛ ਰੂਲ ਨਹੀਂ ਸੀ ਸਾਡੇ ਵੀ ਯਾਰ ਜੇ ਕਿਸੇ ਨੇ ਛੁੱਟੀ ਮੰਗਣੀ ਛੁੱਟੀ ਦੇ ਦੇਣੀ, ਪਰ ਹੁਣ ਘੱਟੋ ਘੱਟ ਸਾਡੀ ਲੇਬਰ ਇੰਨੀ ਕੁ ਸਿਆਣੀ ਆ ਸਾਨੂੰ 4-5 ਦਿਨ ਪਹਿਲਾਂ ਦੱਸ ਜਾਂਦੀ ਬਈ ਅਸੀਂ ਛੁੱਟੀ 'ਤੇ ਜਾਣਾ। ਉਹ ਚੀਜ਼ਾਂ ਅਸੀਂ ਸਿੱਖੀਆਂ, ਮੈਨੇਜਮੈਂਟ ਥੋੜ੍ਹੀ ਜਿਹੀ ਸਿੱਖੀ ਆ, ਕਿੱਦਾਂ ਲੋਕਾਂ ਨਾਲ ਗੱਲ ਕਰਨ ਬਾਤ ਕਰਨੀ ਸਿੱਖੀ, ਜਾਂ ਆਪਦੇ ਐਕਸਪੈਂਸਿਵ ਘਟਾਉਣੇ ਵਧਾਉਣੇ ਅਸੀਂ ਮਤਲਬ ਸਮੇਂ ਨੇ ਸਿਖਾਇਆ ਥੋੜ੍ਹੀ ਚੀਜ਼ ਆ। ਕੁਆਲਿਟੀ ਜਿਵੇਂ ਅਸੀਂ ਪ੍ਰੋਡਕਟ ਦੇ ਉੱਪਰ ਡਿਪੈਂਡ ਕਰਦੇ ਹਾਂ ਜੇ ਤੁਸੀਂ ਕਿਹੋ ਜਿਹੇ ਪ੍ਰੋਡਕਟ ਯੂਜ ਕਰਦੇ ਹੋ। ਪ੍ਰੋਡਕਟ ਜੇ ਤੁਸੀਂ ਸਸਤੇ ਯੂਜ ਕਰੋਗੇ ਜਿਵੇਂ ਬਿਨਾ ਐਕਸਪਾਇਰੀ ਤੋਂ ਹੋ ਗਿਆ ਜਾਂ ਕੁਛ ਵੀ ਹੋ ਗਿਆ, ਤੁਸੀਂ ਇੱਦਾਂ ਚੀਪ ਯੂਜ ਕਰ ਲਏ ਤਾਂ ਉਹਦੇ ਪ੍ਰੋਡਕਟ ਦੀ ਕੁਆਲਿਟੀ ਨਹੀਂ ਬਣਦੀ। ਜਿਵੇਂ ਇੱਕ ਮੈਦਾ ਤੁਹਾਨੂੰ 20 ਰੁਪਏ ਕਿਲੋ ਮਿਲੀ ਜਾਂਦਾ ਹੈਗਾ, ਇੱਕ ਮੈਦਾ ਤੁਹਾਨੂੰ 35 ਰੁਪਏ ਕਿਲੋ ਮਿਲੀ ਜਾਂਦਾ ਹੈਗਾ, ਹੁਣ ਜਿਹੜੀ ਉਹਦੇ 'ਚ ਕੋਈ ਨਾ ਕੋਈ ਤਾਂ ਖਾਸੀਅਤ ਹੋਏਗੀ ਹੋਏਗੀ ਜਿਹੜਾ 35 ਰੁਪਏ ਕਿਲੋ ਮਿਲਦਾ ਹੈ। ਇਸੇ ਕਰਕੇ ਇਹ ਚੀਜ਼ਾਂ ਹਮੇਸ਼ਾ ਮੈਟਰ ਕਰਦੀਆਂ ਤੁਹਾਡੇ ਪ੍ਰੋਡਕਟ ਦੇ ਉੱਪਰ ਡਿਪੈਂਡ ਕਰਦੀਆਂ। ਜੇ ਤੁਸੀਂ ਪ੍ਰੋਡਕਟ ਵਧੀਆ ਪਾਓਗੇ ਤਾਂ ਤੁਹਾਡੇ ਪ੍ਰੋਡਕਟ ਦੀ ਕੁਆਲਿਟੀ ਹੈ ਡੈਫੀਨੇਟਲੀ ਉਹ ਪਾਉਣੀ ਹੈਗੀ ਆ, ਪਲੱਸ ਤੁਹਾਨੂੰ ਉਹਦੇ 'ਤੇ ਥੋੜ੍ਹਾ ਜ਼ਿਆਦਾ ਧਿਆਨ ਦੇਣਾ ਪਵੇਗਾ, ਲੇਬਰ ਨੂੰ ਸਿਖਾਉਣਾ ਪਵੇਗਾ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈਗਾ, ਬਾਕੀ ਉਹਦਾ ਟੈਂਪਰੇਚਰ ਕੀ ਹੈਗਾ, ਕਿਸ ਤਰ੍ਹਾਂ ਸਟੋਰੇਜ ਕਰਨੀ ਹੈਗੀ ਆ, ਜ਼ਿਆਦਾ ਹਵਾ 'ਚ ਨਹੀਂ ਰੱਖਣਾ, ਜਾਂ ਇਹ ਚੀਜ਼ਾਂ ਹਮੇਸ਼ਾ ਤੁਹਾਡੇ ਪ੍ਰੋਡਕਟ ਦੇ ਉੱਤੇ ਕੁਆਲਿਟੀ ਡਿਪੈਂਡ ਕਰਨੀ। ਬਾਕੀ ਆਪਣਾ ਸਾਰਾ ਹੀ ਐਗਲੈਸ ਹੈਗਾ ਬੇਕਰੀ, ਅਸੀਂ ਕਿਸੇ ਵੀ ਚੀਜ਼ 'ਚ ਅੰਡਾ 1% ਯੂਜ਼ ਨਹੀਂ ਕਰਦੇ ਅਸੀਂ, ਪਲੱਸ ਇਸਦਾ ਕੋਈ ਵੀ ਕਸਟਮਰ ਆਉਂਦਾ ਹੈਗਾ ਤਾਂ ਉਹਨਾਂ ਨੂੰ ਅਸੀਂ ਦਿਖਾ ਦਿੰਦੇ ਹੈਗੇ ਵੀ ਤੁਸੀਂ ਸਾਡੀ ਕਿਚਨ ਆ ਕੇ ਵੇਖ ਲਓ, ਇੰਨੀ ਉਹਨਾਂ ਨੂੰ ਸ਼ੋਰਟੀ ਦਿੰਦੇ ਹਾਂ ਵੀ ਅਸੀਂ ਐਗ ਨਹੀਂ ਯੂਜ਼ ਕਰਦੇ। ਪਿੰਡਾਂ 'ਚ ਵੀ ਆਮ ਚਰਚਾ ਹੁੰਦੀ ਹੈ ਕਿ ਆਂਡੇ ਬਿਨਾਂ ਤਾਂ ਕੁਝ ਬਣਦਾ ਹੀ ਨਹੀਂ ਬੇਕਰੀ ਦਾ। ਟੈਕਨੋਲੋਜੀ ਇੰਨੀ ਕੁ ਅਪ ਹੋ ਗਈ ਜੇ ਮਤਲਬ ਤੁਸੀਂ ਦੇਖੇ ਹੋਣੇ ਬੜੇ ਬੱਚੇ ਇੱਕ ਲੇਡੀਜ਼ ਤੋਂ ਬਿਨਾਂ ਜਨਮ ਲੈ ਸਕਦੇ ਤਾਂ ਸ਼ਾਇਦ ਹਾਸੇ ਵਾਲੀ ਵੀ ਗੱਲ ਆ, ਮਤਲਬ ਤੁਸੀਂ ਦੇਖ ਰਹੇ ਆ ਤਾਂ ਬਹੁਤ ਛੋਟੀ ਚੀਜ਼ ਆ। ਦੇਖੋ ਤੁਸੀਂ ਉਹਦੀ ਕੋਸਟ ਭਰਨ ਵਾਲੇ ਹੋਵੋਗੇ, ਠੀਕ ਆ। ਮੰਨ ਲਓ ਜਿਹੜਾ ਐਗਲੈਸ ਦੇ ਮੰਨ ਦੀ ਟ੍ਰੇ ਐੱਗ ਪਾ ਕੇ ਬਣਾਉਂਦੇ ਆ ਤੁਸੀਂ, ਉਹ ਥੋੜ੍ਹੀ ਸਸਤੀ ਪੈ ਜਾਂਦੀ ਆ, ਪਰ ਐੱਗ ਤੋਂ ਬਿਨਾਂ ਬਣਾਉਂਦੇ ਆ ਤੁਸੀਂ ਜਿਹੜਾ ਐਗਲੈਸ ਪਾਊਡਰ ਯੂਜ਼ ਕਰਕੇ ਬਣਾਉਂਦੇ ਆ ਤਾਂ ਥੋੜ੍ਹਾ ਐਕਸਪੈਂਸਿਵ ਪੈਂਦੀ ਆ, ਤੁਸੀਂ ਉਹਦੇ ਥੋੜ੍ਹਾ ਜਿਹਾ ਰੇਟ ਵੱਧ ਲੈ ਲਓ। ਦੇਖੋ ਲੋਕ ਭਰਨ ਨੂੰ ਬੈਠੇ ਆ, ਠੀਕ ਆ,
ਤਾਂ ਉਹਦੇ ਲਈ ਤੁਹਾਨੂੰ ਕੋਈ ਐਡੀ ਪ੍ਰੋਬਲਮ ਨਹੀਂ ਜੇ ਤੁਸੀਂ ਮਤਲਬ ਕਿਸੇ ਨੂੰ ਦੱਸਦੇ ਆ ਸਾਡੀ ਖਾਸੀਅਤ ਰਹੀ ਆ ਜੇ ਸਾਡੇ ਤੋਂ ਕੋਈ ਪੁੱਛੇ ਤੁਸੀਂ ਐਗ ਯੂਜ਼ ਕਰਦੇ ਹਾਂ ਅਸੀਂ ਕਹਿ ਦਿੰਦੇ ਤੁਹਾਡਾ ਕੁਐਸਚਨ ਹੀ ਗਲਤ ਆ ਕਿਉਂਕਿ ਜੇ ਅਸੀਂ ਐਗ ਯੂਜ਼ ਕਰਾਂਗੇ ਤਾਂ ਤੁਹਾਨੂੰ ਕੀ ਕਹਾਂਗੇ ਨਹੀਂ ਕਰਦੇ ਤਾਂ ਤੁਹਾਡਾ ਕੁਐਸਚਨ ਇਹ ਹੋਣਾ ਚਾਹੀਦਾ ਅਸੀਂ ਕਸਟਮਰ ਨੂੰ ਕਹਿੰਦੇ ਹਾਂ ਤੁਸੀਂ ਕਹੋ ਤੁਹਾਡੀ ਕਿਚਨ ਦੇਖਣੀ ਆ ਉਹ ਸਾਡੀ ਕਿਚਨ ਦੇਖ ਸਕਦੇ ਤੁਹਾਨੂੰ ਆਂਡੇ ਦਾ ਛਿੜਕਾ ਵੀ ਨਹੀਂ ਲੱਭਣਾ ਕਿਉਂਕਿ ਅਸੀਂ ਯੂਜ਼ ਨਹੀਂ ਕਰਦੇ ਤਾਂ ਮੋਸਟਲੀ ਲੋਕ ਆਪਦੀ ਕਿਚਨ ਸ਼ੋਅ ਨਹੀਂ ਕਰਨੀ ਅਸੀਂ ਕਹਿੰਦੇ ਕਿਚਨ ਦੇਖੋ ਕੀ ਪਤਾ ਅਸੀਂ ਤੁਹਾਨੂੰ ਗੰਦਗੀ ਖਵਾਈ ਜਾਂਦੇ ਹੋ ਤੁਹਾਡਾ ਰਾਈਟ ਮੰਨਦਾ ਦੇਖ ਲਓ ਸਾਡੀ ਕਿਚਨ ਤਾਂ ਸਾਨੂੰ ਵੀ ਆਪਦੇ ਆਪ 'ਤੇ ਮਾਣ ਹੁੰਦਾ ਵੀ ਸਾਡੀ ਕਿਚਨ ਦੇਖਣਗੇ ਸਾਡਾ ਸਟਾਫ 'ਚ ਵੀ ਡਰ ਰੂਗੇ ਯਾਰ ਵੀ ਅਸੀਂ ਪਤਾ ਨਹੀਂ ਕੀ ਕਰੀ ਜਾਂਦੇ ਹਾਂ ਤਾਂ ਕੋਈ ਉੱਪਰੋਂ ਆ ਕੇ ਚੈੱਕ ਨਾ ਕਰ ਲਏ ਤਾਂ ਅਸੀਂ ਅਪਰਚੁਨਿਟੀ ਦਿੱਤੀ ਹੋਈ ਹੈ ਠੀਕ ਹੈ ਰਹਿੰਦਾ ਹੁੰਦਾ ਇਹ ਗੱਲ ਵੀ ਜੇ ਤੁਸੀਂ ਕਿਸੇ ਚੀਜ਼ ਨੂੰ ਮਤਲਬ ਵਧੀਆ ਚੀਜ਼ ਯੂਜ਼ ਕਰਦੇ ਹਾਂ ਤਾਂ ਉਹਦਾ ਰੇਟ ਵੱਧਦਾ ਤਾਂ ਕਸਟਮਰ ਦੇ ਰਿਹਾ ਕਸਟਮਰ ਦੇ ਕੋਲ ਪੈਸੇ ਦੀ ਪ੍ਰੋਬਲਮ ਨੇ ਠੀਕ ਆ ਪਰ ਅਸਲ ਦੇ ਵਿੱਚ ਤੁਸੀਂ ਉਹਦਾ ਫੇਥ ਕਿੰਨਾ ਕੁ ਲੈਂਦੇ ਆ ਠੀਕ ਆ ਕੱਪ ਕਾਫੀ ਦਾ 30 ਰੁਪਏ ਦਾ ਵੀ ਮਿਲਦਾ ਤਾਂ 250 ਦਾ ਕੱਪ ਵੀ ਜਿਹੜਾ ਤੁਸੀਂ ਲੋਕ ਪੀਂਦੇ ਦੇਖੇ ਹੋਣੇ ਕੋਈ ਇਹ ਮੈਟਰ ਨਹੀਂ ਕਰਦਾ ਜਿਹੜਾ ਇਸ ਹਿਸਾਬ ਨਾਲ ਉਹਦੇ ਵਿੱਚ ਪਤਾ ਕੀ ਹੁੰਦਾ ਵੀ ਜਦੋਂ ਤੁਸੀਂ ਬਿਜ਼ਨਸ 'ਚ ਪੈਂਦੇ ਆ ਤੁਹਾਨੂੰ ਤੁਸੀਂ ਬਾਏ ਬਰਥ ਨਹੀਂ ਸਕਦੇ ਕੁਛ ਜਿੱਦਾਂ ਕੁਛ ਤਾਂ ਚਲੋ ਤੁਹਾਡੀ ਫੈਮਿਲੀ 'ਚ ਆ ਜਾਂਦੇ ਆ ਹੌਲੀ ਹੌਲੀ ਤੁਹਾਨੂੰ ਜਦੋਂ ਸਾਰੀਆਂ ਚੀਜ਼ਾਂ ਸਿਖਾਉਂਦੇ ਆ ਜਦੋਂ ਤੁਹਾਡੇ ਖਰਚੇ ਵੱਧਦੇ ਆ ਤੁਸੀਂ ਸਰਫਾ ਕਰੋਗੇ ਠੀਕ ਆ ਮੰਨ ਲਓ ਹੁਣ ਮੈਂ ਕਮਾਈ ਮੇਰੀ 30 ਰੁਪਏ ਆ ਠੀਕ ਆ ਖਰਚਾ ਮੈਂ 31 ਰੁਪਏ ਕਰਨ ਲੱਗਿਆ ਉਦੋਂ ਮੈਂ ਫੇਲ ਹਾਂ ਜੇ ਮੇਰੀ ਕਮਾਈ 30 ਰੁਪਏ ਆ ਅਤੇ ਖਰਚਾ ਮੇਰਾ 29 ਰੁਪਏ ਆ ਤਾਂ ਮੈਂ ਰੁਪਈਆ ਬਚਾ ਰਿਹਾ ਤਾਂ ਮੈਂ ਕਾਮਯਾਬ ਹਾਂ ਤਾਂ ਮੋਸਟਲੀ ਇਹ ਚੀਜ਼ਾਂ ਇਹ ਗਲਤ ਧਾਰਨਾ ਵੀ ਅਸੀਂ ਕੁਛ ਨਹੀਂ ਕਰ ਸਕਦੇ ਸਾਡੇ ਨਹੀਂ ਤੁਹਾਡਾ ਫਰੈਂਡ ਸਰਕਲ ਵਧੀਆ ਹੋਣਾ ਚਾਹੀਦਾ ਦੇਖੋ ਠੀਕ ਆ ਜੇ ਤੁਹਾਡੇ ਫਰੈਂਡ ਬਿਜ਼ਨਸਮੈਨ ਆ ਤੁਸੀਂ ਬਿਜ਼ਨਸ ਸਿੱਖੋਗੇ ਜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਕੋਈ ਨਸ਼ੇੜੀਆਂ ਦਾ ਗਰੁੱਪ ਆ ਤਾਂ ਇੱਕ ਦਿਨ ਤੁਸੀਂ 90% ਤੁਸੀਂ ਲੱਗੋਗੇ ਨਸ਼ੇ ਦੇ ਉੱਤੇ ਤਾਂ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਆ ਤੁਹਾਨੂੰ ਕੰਪਨੀ ਉੱਦਾਂ ਦੀ ਯੂਜ਼ ਕਰਨੀ ਚਾਹੀਦੀ ਆ ਜੇ ਤੁਸੀਂ ਬਿਜ਼ਨਸ ਕਰਨਾ ਤਾਂ ਜੇ ਬਿਜ਼ਨਸ ਕਰਨਾ ਤਾਂ ਤੁਹਾਨੂੰ ਆਪਦੇ ਫਰੈਂਡ ਸਰਕਲ ਦੇ ਵਿੱਚ ਬਿਜ਼ਨਸਮੈਨ ਬੰਦੇ ਕੋਲ ਜਾ ਕੇ ਬੈਠਣਾ ਪਊਗਾ ਉਹ ਤੋਂ ਗੋਰੀ ਤਾਂ ਮਿਲ ਲੈਂਗੇ ਉਹਦੀ ਦੁਕਾਨ 'ਤੇ ਬੈਠੋ ਉਹਦੇ ਨਾਲ ਗੱਲਾਂ ਕਰੋ ਤਾਂ ਤੁਹਾਨੂੰ ਇਸ ਚੀਜ਼ ਦਾ ਵਿੱਚ ਪਤਾ ਲੱਗੂਗਾ ਅੱਜ ਕੱਲ੍ਹ ਬਾਈ ਜੀ ਕਹਿੰਦੇ ਜ਼ਿਆਦਾ ਬਿਮਾਰੀਆਂ ਜੰਕ ਫੂਡ ਕਰਕੇ ਸਭ ਤੋਂ ਵੱਡਾ ਇਸ਼ੂ ਅੱਜ ਸਮੇਂ 'ਚ ਜੰਕ ਫੂਡ ਇਸ ਤਰ੍ਹਾਂ ਹੀ ਆਪਾਂ ਖਾ ਪੀ ਤਾਂ ਸਹੀ ਰਹੇ ਨੇ ਕਿਉਂਕਿ ਇਹ ਫੈਟੀ ਪ੍ਰੋਡਕਟ ਹੁੰਦੇ ਹੈਗੇ ਫੈਟ ਜ਼ਿਆਦਾ ਹੁੰਦੀ ਹੈਗੀ ਉਹਨੂੰ ਉੱਪਰ ਆਪਾਂ ਨੂੰ ਐਨਰਜੀ ਯੂਜ਼ ਕਰ ਉਹਦੇ ਐਨਰਜੀ ਲਾਉਣ ਦੇ ਮਤਲਬ ਵੀ ਤੁਹਾਨੂੰ ਐਕਸਰਸਾਈਜ਼ ਵੀ ਜ਼ਰੂਰੀ ਹੈ ਜੇ ਤੁਸੀਂ ਇੱਦਾਂ ਦਾ ਫੂਡ ਖਾ ਰਹੇ ਕਮ ਸੇ ਕਮ ਤੁਹਾਨੂੰ ਆਪਣੇ ਸਰੀਰ ਨੂੰ ਘੰਟਾ ਤਾਂ ਰਨਿੰਗ ਦਾ ਕੁਛ ਵੀ ਐਕਸਰਸਾਈਜ਼ ਜ਼ਰੂਰ ਦੇਣੀ ਚਾਹੀਦੀ ਜਿਸ ਕਰਕੇ ਜੰਕ ਫੂਡ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਐਕਚੁਲੀ ਅੱਜ ਕੱਲ੍ਹ ਹਰੇਕ ਚੀਜ਼ ਦੇ ਵਿੱਚ ਮਿਲਾਵਟ ਆ ਹੀ ਰਹੀ ਹੈ ਜਿਵੇਂ ਦੁੱਧ ਹੀ ਲੈ ਲਓ ਪਨੀਰ ਲੈ ਲਓ ਕਿਸੇ ਵੀ ਚੀਜ਼ ਦੇ ਲੈ ਲਓ ਜ਼ਿਆਦਾ ਤਾਂ ਮੈਟਰ ਅਸੀਂ ਔਰਗੈਨਿਕ ਪ੍ਰੋਡਕਟ 'ਤੇ ਧਿਆਨ ਕੀਤਾ ਜਾ ਸਕਦਾ ਹੈਗਾ ਜਿਸ ਨਾਲ ਤੁਸੀਂ ਇਹਨਾਂ ਬਿਮਾਰੀਆਂ ਤੋਂ ਬਚੇ ਜਾ ਸਕਦੇ ਹੋ ਜੰਕ ਫੂਡ 'ਤੇ ਜਿਹੜੀ ਐਸਿਡ ਹੈਗਾ ਉਹ ਘਟਾਇਆ ਜਾ ਸਕਦਾ ਉਹਦੇ ਵਿੱਚ ਇਹ ਚੀਜ਼ ਆ ਵੇਖੋ ਤੁਸੀਂ ਪਾਣੀ ਵੀ ਮੰਨ ਲਓ ਤੁਹਾਨੂੰ ਗਲਾਸ ਦੀ ਲੋੜ ਆ ਤੁਸੀਂ 5-6 ਗਲਾਸ ਪੀ ਜਾਓਗੇ ਤਾਂ ਪੇਟ ਨੇ ਤਾਂ ਫੁੱਲਣਾ ਹੀ ਹੈ ਨਾ ਸੁਭਾਵਿਕ ਗੱਲ ਆ ਨਾ ਤੁਹਾਨੂੰ ਆਪਦੀ ਜਿਹੜੀ ਚੀਜ਼ ਖਾ ਰਹੇ ਆ ਤਾਂ ਉਹਨੂੰ ਇੰਨਾ ਬਣਾ ਖਾਓ ਵੀ ਤੁਹਾਡੀ ਜਿਹੜਾ ਬੋਡੀ 'ਤੇ ਸਾਈਡ ਇਫੈਕਟ ਹੋਵੇ ਜੇ ਰੋਟੀਆਂ ਤੁਹਾਨੂੰ 1-2 ਰੋਟੀਆਂ ਦੀ ਭੁੱਖ ਆ ਤੁਸੀਂ 4 ਖਾਓਗੇ ਤਾਂ ਉਹ ਵੀ ਸਾਈਡ ਇਫੈਕਟ ਕਰੂਗੀ ਪਰ ਮੈਂ ਅਸੀਂ ਇਹ ਨਹੀਂ ਕਹਿੰਦੇ ਵੀ ਜੰਕ ਫੂਡ ਵਧੀਆ ਬਹੁਤ ਵਧੀਆ ਚੀਜ਼ ਆ ਠੀਕ ਆ ਤੁਸੀਂ ਖਾਂਦੇ ਤੁਹਾਨੂੰ ਟੇਸਟੀ ਲੱਗਦਾ ਪਰ ਉਹ ਇੰਨਾ ਬਣਾ ਖਾਓ ਹੈ ਨਾ ਉਹਦੇ ਨਾਲ ਪਲੱਸ ਇਹ ਆ ਵੀ ਤੁਸੀਂ ਐਕਸਰਸਾਈਜ਼ ਬੰਨੀ ਧਿਆਨ ਦਿਓ ਆਪਦਾ ਥੋੜ੍ਹਾ ਜਿਹਾ ਆਪਦਾ ਰੂਟੀਨ ਬਿਜ਼ੀ ਕਰੋ ਹੈ ਨਾ ਵੀ ਸੈਰ ਕਰੋ ਇਹਨਾਂ ਚੀਜ਼ਾਂ ਨਾਲ ਤੁਹਾਡੀ ਜਿਹੜੀ ਮਤਲਬ ਫਿਟਨੈਸ ਅੱਛੀ ਹੋ ਗਈ ਜੀ ਉਹ ਸਾਈਕੋਲੋਜੀ ਇਫੈਕਟ ਨਾ ਦੇਖੋ ਜਿਹੜੀ ਚੀਜ਼ ਸਾਨੂੰ ਦਿਖੂਗੀ ਅੱਜ ਤੋਂ 25 ਸਾਲ ਪਹਿਲਾਂ ਸਾਨੂੰ ਫਾਸਟ ਫੂਡ ਦੇਖਦਾ ਨਹੀਂ ਸੀ ਮੰਨ ਲਓ ਮੇਰੀ ਜਦੋਂ ਮੈਂ ਲਾ ਲਓ +1 +2 'ਚ ਹੋਇਆ ਸੀ ਉਦੋਂ ਮੈਨੂੰ ਸ਼ਾਇਦ ਬਰਗਰ ਪਹਿਲੀ ਵਾਰ ਦੇਖਿਆ ਸੀ ਠੀਕ ਹੈ ਜਿਹੜੀ ਚੀਜ਼ ਦਿਖੂਗੀ ਅਸੀਂ ਉਹ ਹੀ ਖਾਣੀ ਸ਼ੁਰੂ ਕਰਾਂਗੇ ਤਾਂ ਉਸ ਚੀਜ਼ ਆ ਵੀ ਜੇ ਤੁਸੀਂ ਬੱਚੇ ਨੂੰ ਥੋੜ੍ਹਾ ਉਸ ਤਰ੍ਹਾਂ ਡੀਲ ਕਰੋ ਉੱਦਾਂ ਉਹਨੂੰ ਉੱਦਾਂ ਦੀਆਂ ਚੀਜ਼ਾਂ ਦਿਉ ਠੀਕ ਆ ਜਿਹੜੀ ਉਹ ਪਸੰਦ ਕਰਦਾ ਮਤਲਬ ਜੇ ਮਾਂ ਉਹਨੂੰ ਆਦਤ ਪਾਓ ਠੀਕ ਆ ਜੇ ਤੁਸੀਂ ਉਹਦੇ ਅੱਗੇ ਰੱਖੀ ਕੁਰਕਰੇ ਪਏ ਆ ਤਾਂ ਉਹ ਕੁਰਕਰੇ ਹੀ ਖਾਊਗਾ ਠੀਕ ਆ ਤਾਂ ਇਹ ਚੀਜ਼ਾਂ ਤੁਹਾਡੇ ਹੱਥ ਦੇ ਵਿੱਚ ਵੀ ਹੈਗਾ ਨਾ ਜੇ ਇਹ ਹੀ ਨਹੀਂ ਵੀ ਬੱਚਾ ਮਾੜਾ ਜਿਹਾ ਰੋਇਆ ਉਹਨੂੰ ਚੱਕ ਕੇ ਕੁਰਕਰੇ ਦਾ ਪੈਕਟ ਫੜਾਤਾ ਉਹ ਖੁਸ਼ ਹੋ ਗਿਆ ਫਿਰ ਫੜਾਤਾ ਠੀਕ ਆ ਉਹ ਤੁਹਾਡੇ ਹੱਥ 'ਚ ਵੀ ਚਲੋ ਮਾੜਾ ਮੋਟਾ ਰੋਂਦਾ ਤਾਂ ਰੋਣ ਵੀ ਦਿਓ ਐਡੀ ਵੀ ਕੋਈ
ਮਤਲਬ ਆਪਣੇ ਹੈਗਾ ਵੀ ਕੋਈ ਉਹਨੂੰ ਪ੍ਰੋਬਲਮ ਕ੍ਰੀਏਟ ਨਹੀਂ ਹੁੰਦੀ ਤਾਂ ਉਹ ਚੀਜ਼ ਤੁਸੀਂ ਆਪ ਵੀ ਕੰਟਰੋਲ ਕਰ ਸਕਦੇ ਹੋ। ਸਿੱਕਮ ਇੰਡੀਆ ਦਾ ਫਸਟ ਏਡ ਹੈ ਜਿਹੜਾ 100% ਔਰਗੈਨਿਕ ਆ, ਪੰਜਾਬ ਦੀ ਮੰਗ ਉੱਠ ਰਹੀ ਆ, ਪਰ ਕੈਮੀਕਲ ਵੀ ਬਹੁਤ ਨੇ, ਕਿਸਾਨੀ ਵੀ ਪਰੇਸ਼ਾਨ ਆ, ਤੁਸੀਂ ਭਾਲ ਕਰਦੇ ਹੋ ਔਰਗੈਨਿਕ ਪ੍ਰੋਜੈਕਟਾਂ ਦੀ ਬਾਈ, ਪਰ ਸੌਖੇ ਮਿਲ ਜਾਂਦੇ ਨੇ ਸਭ ਕੁਛ? ਨਹੀਂ, ਮੋਸਟਲੀ ਇਹ ਚੀਜ਼ਾਂ ਸੌਖੀਆਂ ਨਹੀਂ ਮਿਲਦੀਆਂ। ਤੁਸੀਂ ਦੇਖੋ ਜਿੱਦਾਂ ਦੁੱਧ ਦੀ ਲੋੜ ਆ ਆਪਣੇ ਮਤਲਬ ਸ਼ਹਿਰਾਂ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ, ਉਨੀ ਮਤਲਬ ਮੈਂ ਸ਼ੋਰ ਤਾਂ ਹੈ ਨਹੀਂ, ਪਰ ਇਹ ਪਤਾ ਵੀ ਆਪਣੇ ਉਹਨਾਂ ਦੁੱਧ ਪੈਦਾ ਨਹੀਂ ਹੋ ਰਿਹਾ। ਠੀਕ ਹੈ, ਤਾਂ ਤੁਸੀਂ ਕਿੱਥੇ ਕਿੱਥੇ ਐਨਰਜੀ ਲਾਓਗੇ? ਮਤਲਬ ਮੈਂ ਐਵੇਂ ਤੁਹਾਨੂੰ ਕਹੀ ਜਾਵਾਂ ਨਾ ਵੀ ਸਾਡੇ ਕੋਲ ਸਾਰੀਆਂ ਚੀਜ਼ਾਂ ਔਰਗੈਨਿਕ ਹੈਗੀਆਂ, ਮੋਸਟਲੀ ਨਹੀਂ ਹੋ ਸਕਦੀਆਂ, ਤਾਂ ਕਦੇ ਨਾ ਕਦੇ ਸਾਨੂੰ ਵੀ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਆ ਵੀ ਯਾਰ ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਨਾ, ਤਾਂ ਉਹ ਕਦੇ ਨਾ ਕਦੇ ਪ੍ਰੋਬਲਮ ਆਉਂਦੀ ਆ। ਕਹਿੰਦੇ ਨੇ ਜ਼ਿਮੀਦਾਰ ਦੇ ਭਾਵੇਂ 20 ਕਿੱਲੇ ਕਣਕ ਬੀਜੇ ਪਰ ਉਹ ਆਪਦੇ ਵਾਸਤੇ ਇੱਕ ਨਾਲ ਕਣਕ ਨਹੀਂ ਬੀਜਦਾ ਬਿਨਾਂ ਰੇਹ ਸਪਰੇਅ ਆ ਗਿਆ। ਉਹਦੇ ਵਿੱਚ ਇਹ ਪ੍ਰੋਬਲਮ ਆ ਨਾ, ਦੇਖੋ ਸਾਡੀ ਅਸੀਂ ਸਾਈਕੋਲੋਜੀ ਇਫੈਕਟਡ ਆ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਤੁਸੀਂ ਇੱਕ ਬੜੇ ਲੋਕ ਸਿਗਰਟ ਪੀਂਦੇ ਦੇਖੇ ਹੋਣੇ, ਸਿਗਰਟ ਦੀ ਡੱਬੀ ਦੇ ਉੱਤੇ ਫੋਟੋ ਬਣੀ ਹੁੰਦੀ ਹੈ ਕੈਂਸਰ ਹੋਏ ਬੰਦੇ ਦੀ, ਤਾਂ ਫਿਰ ਵੀ ਸਿਗਰਟ ਪੀ ਜਾਂਦੇ ਆ, ਤਾਂ ਇਹਦੇ ਇੱਕ ਇਹ ਚੀਜ਼ ਵੀ ਦੇਖੀ ਹੋਣੀ ਆ ਵੀ ਮੋਸਟਲੀ ਲੋਕਾਂ ਅੱਗੇ ਬਿੱਲੀ ਰਾਹ ਕੱਟ ਜੇ, ਤਾਂ ਰਾਹ ਕੱਟਣ ਤੋਂ ਬਾਵਜੂਦ ਉਹਨਾਂ ਨੂੰ ਡਰ ਪੈ ਜਾਂਦਾ ਯਾਰ ਵੀ ਪਿੱਛੇ ਮੁੜ ਜਾਈਏ ਅਤੇ ਸਾਡਾ ਕੰਮ ਖਰਾਬ ਨਾ ਹੋ ਜਾਵੇ। ਇੱਕ ਪਾਸੇ ਸਿਗਰਟ ਦੇ ਉੱਤੇ ਫੋਟੋ ਬਣੀ ਪਈ ਹੈ ਕੈਂਸਰ ਹੋਣ ਦਾ, ਸਾਨੂੰ ਉਸ ਚੀਜ਼ ਤੋਂ ਡਰ ਨਹੀਂ ਲੱਗਦਾ, ਬਿੱਲੀ ਤੋਂ ਅਸੀਂ ਡਰੀ ਜਾਂਦੇ ਹਾਂ, ਕਿਉਂਕਿ ਸਾਈਕੋਲੋਜੀ ਇਫੈਕਟ ਹੋ ਚੁੱਕਿਆ ਸਾਡੇ 'ਤੇ, ਸਾਡੇ 'ਤੇ ਜਿਹੜੀਆਂ ਚੀਜ਼ਾਂ ਬਿੱਲੀ ਦਾ ਪ੍ਰਭਾਵ ਬਹੁਤ ਜ਼ਿਆਦਾ, ਸਿਗਰਟ ਦੇ ਕੈਂਸਰ ਦਾ ਸਾਡੇ 'ਤੇ ਪ੍ਰਭਾਵ ਨੇ, ਸਾਨੂੰ ਲੱਗਦਾ ਸਾਨੂੰ ਤਾਂ ਹੋਣਾ ਨਹੀਂ। ਠੀਕ ਆ, ਇਹ ਸਮਾਜ ਨੇ ਇੱਦਾਂ ਦੀਆਂ ਚੀਜ਼ਾਂ ਪੈਦਾ ਕਰਤੀਆਂ। ਜਿਵੇਂ ਪਹਿਲਾਂ ਗੱਲ ਕੀਤੀ, ਅਸੀਂ ਵਿਆਹ ਦੇ ਉੱਤੇ 20 ਲੱਖ ਲਾ ਦਾਂਗੇ, ਪਰ ਬਿਜ਼ਨਸ 'ਤੇ ਸਾਡੇ ਤੋਂ 1 ਲੱਖ ਰੁਪਇਆ ਨਹੀਂ ਲੱਗਦਾ, ਕਿਉਂਕਿ ਕਿੱਥੋਂ ਆਉਂਗੇ ਇਹ ਚੀਜ਼ਾਂ? ਠੀਕ ਆ, ਸਾਨੂੰ ਲੱਗਦਾ ਵਿਆਹ ਵਾਲਾ ਜਿਹੜਾ ਪੈਸਾ ਇਹ ਤਾਂ ਲਾਉਣਾ ਹੀ ਪੈਣਾ, ਬਿਜ਼ਨਸ ਵਾਲਾ ਸਰ ਜੂਗੇ ਆ ਰਹਿਣ ਦੇ। ਇਹ ਮਤਲਬ ਇੱਕ ਸਿਸਟਮ ਆ, ਸਾਡੇ ਸਾਈਕੋਲੋਜੀ ਇਫੈਕਟ ਹੋਇਆ ਸਾਡਾ ਸਮਾਜ ਦੇ ਵਿੱਚ। ਤੁਹਾਡੀ ਦੁਕਾਨ ਵਿੱਚ ਬਈ ਬੇਕਰੀ ਦੇ ਸਮਾਨ ਦੇ ਨਾਲ ਮਠਿਆਈ ਵੀ ਪਈ ਹੋਈ ਆ। ਐਕਚੁਅਲੀ ਅਸੀਂ ਇਹ 2 ਦਿਨ ਹੀ ਹੋਏ ਪਹਿਲਾਂ ਸਟਾਰਟ ਕੀਤੀ ਆ। ਐਕਚੁਅਲੀ ਸਾਡਾ ਇੱਕ ਵੀਰ ਸੀਗਾ ਜਿਹੜਾ ਕਿ ਥਾਂਡੇ ਵਾਲੇ ਤੋਂ ਹੈਗਾ, ਖਾਲਸਾ ਜੀ ਹੈਗੇ ਆ, ਉਹ ਵੀ ਬਹੁਤ ਵਧੀਆ ਨੇਚਰ ਦੇ ਬੰਦੇ ਹੈਗੇ ਆ। ਪਲੱਸ ਅਸੀਂ ਉਹਨਾਂ ਨਾਲ, ਅਸੀਂ ਐਕਚੁਅਲੀ ਮਿਠਾਈ ਲਾਉਣਾ ਚਾਹੁੰਦੇ ਸੀ ਦੀਵਾਲੀ ਦੇ ਉੱਤੇ, ਪਰ ਅਸੀਂ ਹੁਣ ਬੰਦੇ ਨਹੀਂ ਸਹੀ, ਨਾ ਕੁਆਲਿਟੀ ਵਾਲੇ ਨਹੀਂ ਮਿਲ ਰਹੇ ਸੀਗੇ, ਤਾਂ ਉਹ ਸੱਜਣ ਇੱਦਾਂ ਹੀ ਕਿਸੇ ਦੋ ਦੋਸਤ ਦੇ ਜ਼ਰੀਏ ਸਾਡੇ ਕੋਲ ਆ ਕੇ ਬੈਠੇ। ਉਹਨਾਂ ਦਾ ਵੈਸੇ ਤਾਂ ਆਈਸਕ੍ਰੀਮ ਦਾ ਕੰਮ ਹੈਗਾ, ਆਈਸਕ੍ਰੀਮ ਦਾ ਕੰਮ ਕਰਦੇ, ਪਰ ਉਹ ਆ ਕੇ ਮਿਲੇ, ਕਹਿੰਦੇ ਅਸੀਂ ਤੁਹਾਨੂੰ ਮਿਠਾਈ ਪ੍ਰੋਵਾਈਡ ਕਰ ਦਾਂਗੇ, ਤੁਸੀਂ ਚਾਹੇ ਸਾਨੂੰ ਉੱਥੇ ਆ ਕੇ ਸਾਡੇ ਕੋਲੇ ਉੱਤੇ ਬੈਠ ਜਾਓ ਕਿ ਕਿੱਦਾਂ ਬਣਦੀ ਹੈਗੀ ਆ, ਪਿਓਰਟੀ ਵੀ ਸਾਡੀ ਵੀ ਪੂਰੀ ਗਰੰਟੀ ਹੋਊਗੀ, ਤਾਂ ਸਾਨੂੰ ਵੀ ਉਹਨਾਂ ਦਾ ਸਹਿਯੋਗ ਬਹੁਤ ਵਧੀਆ ਲੱਗਿਆ ਹੈਗਾ, ਜਿਸ ਕਰਕੇ ਅਸੀਂ ਵੀ ਆਪਣਾ ਥੋੜ੍ਹਾ ਬਿਜ਼ਨਸ ਨੂੰ ਹੋਰ ਇੰਪਰੂਵ ਕਰਨਾ ਚਾਹੁੰਦੇ ਸੀ ਕਿ ਉਹਨਾਂ ਇੱਕੋ ਛੱਤ ਥੱਲੇ ਕਸਟਮਰ ਨੂੰ ਸਾਰੇ ਪ੍ਰੋਡਕਟ ਮਿਲਣ। ਉਹ ਕਸਟਮਰ ਸਾਡੇ ਕੋਲੋਂ ਕੱਲ੍ਹ ਪਰਸੋਂ ਹੀ ਲਗਾਉਣਾ ਸ਼ੁਰੂ ਕੀਤੀ, ਤਾਂ ਇਹ ਆਈਡੀਆ ਸਾਨੂੰ ਚੰਗਾ ਲੱਗਿਆ ਵੀ ਇੱਥੇ ਮਿਠਾਈ ਦੀ ਡਿਮਾਂਡ ਵੈਸੇ ਹੀ ਪਹਿਲਾਂ ਸੀ, ਤਾਂ ਇਹ ਨੂੰ ਅਸੀਂ ਐਡ ਕੀਤਾ। ਕਿਵੇਂ ਮਤਲਬ ਮੈਂ ਗੱਲ ਦੇਖੋ, ਤੁਹਾਡੇ ਫੇਥ 'ਤੇ ਹੁੰਦਾ, ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗੂਗੀ, ਤੁਸੀਂ ਕੋਈ ਚੀਜ਼ ਖਾਂਦੇ ਹੋ ਸਵਾਦ ਲੱਗੂਗੀ, ਤਾਂ ਅਗਲੀ ਵਾਰ ਆਓ ਮੈਂ। ਠੀਕ ਆ, ਇਹ ਤੁਹਾਡੇ 'ਤੇ ਡਿਪੈਂਡ ਆ, ਜੇ ਤੁਸੀਂ ਅੱਜ ਚੀਜ਼ ਕੋਸਟਲੀ ਕਰ ਦੋਗੇ ਉਹਦਾ ਟੇਸਟ ਵਧੀਆ ਨਹੀਂ, ਤਾਂ ਵੀ ਕੋਸਟਲੀ 'ਤੇ ਵੀ ਲੋਕਾਂ ਨੇ ਆਉਣਾ, ਕਿਉਂਕਿ ਉਹਨਾਂ ਦੀ ਜੇਬ ਦਾ ਬਜਟ ਵੀ ਦੇਖਣਾ ਪੈਂਦਾ, ਫਿਰ ਟੇਸਟ ਵੀ ਦੇਖਣਾ ਪੈਂਦਾ, ਫਿਰ ਹੈਲਥੀ ਪ੍ਰੋਡਕਟ ਵੀ ਦੇਖਣੇ ਪੈਂਦੇ ਵੀ ਯਾਰ ਕਿਤੇ ਉਹਨਾਂ ਦੀ, ਮੰਨ ਲਓ ਇੱਥੋਂ ਅਗਲਾ ਸਵਾਦ ਕਰਕੇ ਖਾ ਕੇ ਘਰੇ ਜਾ ਕੇ ਉਲਟੀਆਂ ਹੀ ਕਰੀ ਜਾਵੇ, ਉਹਦਾ ਵੀ ਕੋਈ ਫਾਇਦਾ ਨਹੀਂ, ਤਾਂ ਸਾਰੀਆਂ ਚੀਜ਼ਾਂ ਇਹ ਮਤਲਬ ਇੱਕ ਬੈਲੈਂਸ ਕਰਕੇ ਤੁਰਨਾ ਪੈਂਦਾ ਵੀ ਹਾਂ ਯਾਰ ਅਗਲੇ ਨੂੰ ਇਹ ਲੱਗੇ ਵੀ ਹਾਂ ਯਾਰ ਮੇਰੀ ਮਤਲਬ ਮੈਂ ਇਹਨੂੰ ਇੰਨੇ ਕੁ ਚੀਜ਼ ਦੀ ਪਰਚੇਜ਼ ਕਰ ਸਕਦਾ। ਠੀਕ ਆ, ਤਾਂ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਸਾਡੀ ਬੇਕਰੀ ਦੇ ਵਿੱਚ ਜਿਹੜੇ ਪੇਸਟੀਆਂ ਵਗੈਰਾ, ਇਹਨਾਂ ਦੇ ਵਿੱਚ ਜਿਹੜਾ ਅਸੀਂ ਪ੍ਰੋਡਕਟ ਯੂਜ਼ ਕਰਦੇ ਹਾਂ ਕੋਸਟਲੀ ਹੁੰਦਾ, ਉਹ 30 ਜਿਵੇਂ ਅਸੀਂ 30 ਰੁਪਏ ਦੀ ਪੇਸਟੀ ਦਿੰਦੇ ਹਾਂ। ਠੀਕ ਆ, ਵੱਡੇ ਸ਼ਹਿਰਾਂ ਦੇ ਵਿੱਚ ਇਹ ਪੇਸਟੀ ਸ਼ਾਇਦ 100 ਰੁਪਏ ਦੀ ਵੀ ਹੋ ਸਕਦੀ ਆ, ਪਰ ਸਾਨੂੰ ਪਤਾ ਵੀ ਸਾਡੇ ਲੋਕ ਇੰਨੇ ਕੁ ਪੈਸੇ ਪੇ ਕਰ ਸਕਦੇ ਆ, ਤਾਂ ਅਸੀਂ ਉਨੇ ਕੁ ਮਤਲਬ ਵਧੀਆ ਕੁਆਲਿਟੀ ਦੇ ਉਵੇਂ ਅਕੋਰਡਿੰਗ ਅਸੀਂ ਕਰਨਾ ਚਾਹੁੰਦੇ ਹਾਂ ਵੀ ਚਲੋ ਇੰਨਾ ਕੁ ਸਾਡਾ ਖਰਚਾ ਹੋਵੇ, ਇੰਨਾ ਕੁ ਸਾਨੂੰ ਪ੍ਰੋਫਿਟ ਹੋ ਜਾਵੇ ਅਤੇ ਅਗਲਿਆਂ ਨੂੰ ਵੀ ਵਧੀਆ ਚੀਜ਼ ਮਿਲ ਜਾਵੇ, ਅਤੇ ਬੈਲੈਂਸ ਚੀਜ਼ਾਂ ਕਰਕੇ ਤੁਰਨਾ ਪੈਂਦਾ ਸਰ। ਵਿੱਚ ਸ਼ੁਰੂਆਤੀ ਮੁਸ਼ਕਲਾਂ ਤੁਹਾਨੂੰ ਸ਼ੁਰੂ ਦੇ ਵਿੱਚ, ਪਹਿਲੀ ਗੱਲ ਤਾਂ ਅਸੀਂ, ਸਾਨੂੰ ਸ਼ੋਪ ਲੱਭਣ 'ਚ ਕਾਫੀ ਟਾਈਮ ਲੱਗ ਗਿਆ ਸੀ, 2 ਮਹੀਨੇ ਐਕਚੁਅਲੀ ਅਸੀਂ ਸ਼ੋਪ ਲੱਭਣ ਦੀ ਸ਼ਹਿਰ ਦੇ ਵਿੱਚ, ਸਾਨੂੰ ਸਹੀ ਡਾਇਰੈਕਸ਼ਨ ਨਹੀਂ ਮਿਲੀ। ਇੱਕ ਵਾਰੀ ਅਸੀਂ ਪਹਿਲਾਂ ਸ਼ੋਪ ਲੈ ਵੀ ਲਈ ਪਰ ਉਹ ਡਾਇਰੈਕਸ਼ਨ ਸਹੀ ਨਹੀਂ ਸੀ, ਪਰ ਉਹ ਛੱਡ ਕੇ ਅਸੀਂ ਦੁਬਾਰਾ ਫਿਰ ਇੱਥੋਂ ਸਟਾਰਟ ਕੀਤਾ। ਉਸ ਤੋਂ ਬਾਅਦ ਸਾਨੂੰ ਰਿਪੇਅਰਿੰਗ ਵਗੈਰਾ ਹੋ ਗਿਆ, ਜਿਵੇਂ ਇੰਟੀਰੀਅਰ ਡਿਜ਼ਾਇਨਿੰਗ ਹੋ ਗਿਆ, 2-3 ਮਹੀਨੇ ਇੱਦਾਂ ਨਿਕਲ ਗਏ, ਘੱਟੋ ਘੱਟ ਸਾਨੂੰ ਸਾਲ ਕੋਈ ਟਾਈਮ ਲੱਗ ਗਿਆ ਸੀਗਾ।
ਇਹ ਤੋਂ ਬਾਅਦ ਤੁਹਾਨੂੰ ਬੇਕਰੀ ਆਪਣੀ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਸਟਾਫ ਨਾਲ ਕਿਸ ਤਰ੍ਹਾਂ ਮੈਨੇਜ ਕਰਨਾ ਹੈਗਾ, ਪਲੱਸ ਤੁਹਾਨੂੰ ਕਿਵੇਂ ਪ੍ਰੋਡਕਟ ਕਿੱਥੋਂ ਮਿਲਣੇ ਹੈਗੇ। ਪ੍ਰੋਡਕਟ ਲੱਭਣ ਦੇ ਵਿੱਚ ਸਾਨੂੰ ਥੋੜ੍ਹੇ ਜਿਹੇ ਔਫਰ ਆਏ, ਅਸੀਂ ਲੁਧਿਆਣੇ ਗਏ ਜਾਂ ਬਠਿੰਡੇ ਗਏ, ਇੱਥੋਂ ਸਾਨੂੰ ਪ੍ਰੋਡਕਟ ਜਿਹੜੇ ਵਧੀਆ ਕੁਆਲਿਟੀ ਦੇ ਹੈਗੇ ਉਹ ਕਿਸ ਤੋਂ ਕਿੱਥੋਂ ਮਿਲ ਸਕਦੇ, ਕਿੱਥੋਂ ਪ੍ਰੋਵਾਈਡ ਹੋ ਸਕਦੇ, ਕਿਉਂਕਿ ਮੈਂ ਤਾਂ ਬਾਹਰ ਰਿਹਾ ਸੀ, ਮੈਨੂੰ ਇੱਥੇ ਜ਼ਿਆਦਾ ਨੌਲੇਜ ਨਹੀਂ ਸੀ, ਇਸ ਕਰਕੇ ਸਾਨੂੰ ਆਹੀ ਥੋੜ੍ਹੀਆਂ ਮੁਸ਼ਕਿਲਾਂ ਚੁਣੌਤੀ 'ਚ ਆਈਆਂ ਸੀਗੀਆਂ। ਪਰ ਹੁਣ ਸਾਲ ਤੱਕ ਸਾਨੂੰ ਅਸੀਂ ਸਾਰਾ ਸੈਟਲ ਕਰ ਲਿਆ ਸੀ, ਸਾਨੂੰ ਕੁਛ ਚੀਜ਼ਾਂ ਲੱਗੀਆਂ ਸੀ ਵੀ ਹਾਂ ਪ੍ਰੋਬਲਮ ਆਈ ਆ, ਉਹ ਤਕਰੀਬਨ ਸਾਰਿਆਂ ਨੇ ਆਉਂਦੀਆਂ, ਤਾਂ ਪ੍ਰੋਬਲਮ ਦੇ ਨਾਲ ਉਹਦਾ ਸਲਿਊਸ਼ਨ ਵੀ ਕਿਤੇ ਨਾ ਕਿਤੇ ਲੱਭ ਜਾਂਦਾ। ਜਿਵੇਂ ਸਾਡਾ ਜਿਵੇਂ ਵੀਰ ਨੇ ਦੱਸਿਆ ਵੀ ਸਾਨੂੰ ਜਿਵੇਂ ਪ੍ਰੋਡਕਟ ਵਗੈਰਾ ਸੀ, ਹੌਲੀ ਹੌਲੀ ਸਾਡੇ ਕੋਲ ਡਿਸਟ੍ਰੀਬਿਊਟਰ ਆਉਣੇ ਸ਼ੁਰੂ ਹੋ ਗਏ, ਕੁਛ ਕੁ ਅਸੀਂ ਆਪ ਲੱਭੇ, ਉਹ ਤੋਂ ਬਾਅਦ ਸਾਨੂੰ ਲੇਬਰ ਤੋਂ ਜਿਹੜਾ ਹੈਗੇ ਸੀ ਪ੍ਰੋਬਲਮ, ਲੇਬਰ ਦੇ ਨਾਲ ਰਿਲੇਸ਼ਨ ਬਣੇ, ਇੱਕ ਨੇ ਦੂਜਾ ਲੱਭਤਾ, ਦੂਜੇ ਨੇ ਤੀਜਾ ਲੱਭਤਾ, ਇੱਦਾਂ ਕਰਕੇ ਇੱਕ ਸੈਟਲ ਹੋ ਜਾਂਦੀ ਆ। ਫਿਰ ਤੁਸੀਂ ਮਾਇੰਡ ਸੈੱਟ ਵੀ ਐਡਾ ਵੱਡਾ ਹੋ ਜਾਂਦਾ ਤੁਹਾਡਾ, ਕਈ ਵਾਰੀ ਤੁਹਾਨੂੰ 10 ਰੁਪਏ ਨਹੀਂ ਤੁਹਾਡੀ ਜੇਬ 'ਚ ਹੁੰਦੇ, ਅਤੇ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਯਾਰ ਸਾਨੂੰ 1 ਲੱਖ ਰੁਪਇਆ ਵੀ ਚਾਹੀਦਾ, ਤੁਸੀਂ ਬੈਠੇ ਬਿਠਾਈ ਉਹਦਾ ਅਰੇਂਜਮੈਂਟ ਕਰ ਲੈਂਦੇ, ਤਾਂ ਮਤਲਬ ਤੁਹਾਡੀ ਦੁਕਾਨਦਾਰੀ ਤੁਹਾਨੂੰ ਬਹੁਤ ਕੁਛ ਸਿਖਾਉਂਦੀ ਆ। ਇਹ ਨਹੀਂ ਤੁਸੀਂ ਇਕੱਲੀ ਦੁਕਾਨਦਾਰੀ 'ਚੋਂ ਤੁਸੀਂ ਪ੍ਰੋਫਿਟ ਕਰਦੇ ਹੋ, ਤੁਸੀਂ ਇਮੋਸ਼ਨਲ ਬੜੇ ਸਿੱਖਦੇ ਆ, ਤੁਹਾਨੂੰ ਆਪਦੀ ਗਰੋਥ ਬੜੀ ਵਧੀਆ ਪਤਾ ਲੱਗਦੀ ਆ ਵੀ ਅਸੀਂ ਮਤਲਬ ਕਿਸੇ ਚੀਜ਼ ਨੂੰ ਮੈਨੇਜ ਕਿਵੇਂ ਕਰਨਾ, ਤਾਂ ਦੁਕਾਨਦਾਰੀ ਮਤਲਬ ਸਾਨੂੰ ਇਹ ਚੀਜ਼ਾਂ ਦੁਕਾਨਦਾਰੀ ਤੋਂ ਹੀ ਅਸੀਂ ਸਿੱਖੀਆਂ। ਜ਼ਿੰਦਗੀ ਤਾਂ ਬਾਹਰ ਵੀ ਵਧੀਆ ਸੀ, ਪ੍ਰੋਜੈਕਟਾਂ ਵਾਲੀ ਜ਼ਿਆਦਾ ਵਧੀਆ ਹੈਗੀ, ਕਿਉਂਕਿ ਉੱਥੇ ਤਾਂ ਸੈਲਰੀ ਇੱਦਾਂ ਤੁਹਾਡੇ ਚੜ੍ਹੇ ਮਹੀਨੇ ਅਕਾਊਂਟ ਦੇ ਵਿੱਚ ਪੈਸੇ ਆਏ, ਪਰ ਉੱਥੇ ਇਕੱਲਾ ਪੈਸਾ ਹੀ ਆ, ਹੋਰ ਟਾਈਮ ਤੁਹਾਡੇ ਲਈ ਨਹੀਂ ਹੋਣਾ ਹੈਗਾ, ਕਿਉਂਕਿ ਉੱਥੇ 12-12, 14-14 ਘੰਟੇ ਅਸੀਂ ਕੰਮ ਕਰਦੇ ਸੀ। ਅਲਾਰਮ ਦੇ ਮਸ਼ੀਨ ਸੀਗੇ, ਇੱਕ ਅਲਾਰਮ 'ਤੇ ਉੱਠ ਜਾਣਾ ਹੈਗਾ, ਅਤੇ ਰਾਤ ਨੂੰ ਜਾ ਕੇ ਸੌ ਜਾਣਾ ਰੂਮ ਦੇ ਵਿੱਚ, ਸਵੇਰੇ ਫਿਰ ਉੱਠ ਕੇ ਆ ਜਾਣਾ ਹੈਗਾ, ਉੱਥੇ ਇੱਦਾਂ ਦੀ ਜ਼ਿੰਦਗੀ ਹੈਗੀ, ਪਰ ਉਹ ਸਿੱਖਣ ਲਈ ਬਹੁਤ ਵਧੀਆ ਪਲੇਸਮੈਂਟ ਹੈਗੀ। ਉੱਥੇ ਤੁਸੀਂ ਕਾਫੀ, ਮੈਂ ਕਾਫੀ ਕੁਛ ਸਿੱਖਿਆ ਹੈਗਾ, ਆਈਸਕ੍ਰੀਮ ਕਿੱਦਾਂ ਬਣਾਉਣੀ ਹੈਗੀ, ਚੋਕਲੇਟਸ ਹੋ ਗਿਆ, ਕੇਕਸ ਹੋ ਗਏ, ਫ੍ਰੈਂਚ ਪੇਸਟਰੀਜ਼ ਵਗੈਰਾ ਹੋ ਗਈਆਂ, ਬ੍ਰੈਡਸ ਵਗੈਰਾ ਹੋ ਗਏ, ਮੈਕਡੋਨਲਡਸ ਆਈਟਮਾਂ, ਕਾਫੀ 5-star ਹੋਟਲਾਂ 'ਚ ਮੈਂ ਵਰਕ ਕੀਤਾ ਹੋਇਆ ਤਾਂ ਇਹ ਚੀਜ਼ਾਂ ਮੈਨੂੰ ਨੌਲੇਜ ਹੈਗੀ ਹੈ। ਪਲੱਸ ਇੱਥੇ ਆ ਕੇ ਜ਼ਿੰਦਗੀ ਇੱਦਾਂ ਹੈਗੀ ਆ ਵੀ ਤੁਸੀਂ ਆਪਣੇ ਇੱਦਾਂ ਬੈਠੇ ਹੈਗੇ ਆ, ਆਪਣੀ ਫੈਮਿਲੀ ਨਾਲ ਬੈਠੋ, ਤੁਹਾਡੇ ਟਾਈਮ ਸਪੈਂਡ ਹੈਗਾ, ਬੱਚਿਆਂ ਨਾਲ ਖੜਾ ਸਕਦੇ ਜਿਵੇਂ ਤੁਸੀਂ, ਇਹ ਲਾਈਫ ਤੁਹਾਡੀ ਫੈਮਿਲੀ ਲਈ ਜ਼ਿਆਦਾ ਇੰਪੋਰਟੈਂਟ ਕਰਦੀ ਹੈ। ਨਹੀਂ ਉਹ ਵਧੀਆ, ਦੇਖੋ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਯਾਰ ਤੁਸੀਂ ਕੀ ਕਰਦੇ ਹੋ। ਦੇਖੋ ਮੈਂ ਵੇਖਦਾ ਹੁੰਦਾ ਵੀ ਅਕਸਰ ਤੁਹਾਡੇ ਕੋਲ 10 ਰੁਪਏ ਆਪਣਾ 1000 ਰੁਪਇਆ, ਲੋਕਾਂ ਨੇ ਨਾ ਲੈਣੇ ਨਾ ਦੇਣੇ ਆ, ਪਰ 70-80% ਲੋਕਾਂ ਨੂੰ ਹੁੰਦਾ ਵੀ ਯਾਰ ਉਹਨਾਂ ਦਾ ਮੁੰਡਾ ਕੀ ਕਰਦਾ। ਮਤਲਬ ਤੁਸੀਂ ਦੇਖੋਗੇ ਨਾ, ਆਪਾਂ ਪੁੱਛਦੇ ਉਹਨਾਂ ਦਾ ਮੁੰਡਾ ਡੀ ਸੀ ਲੱਗਿਆ, ਭਲਾ ਆਪਾਂ ਨੂੰ ਜਾਂਦੇ ਨੂੰ ਪਾਣੀ ਨਾ ਪੁੱਛੋ, ਠੀਕ ਹੈ। ਤਾਂ ਇੱਥੇ ਵੀ ਸਿਸਟਮ ਸੀ ਵੀ ਘਰਦਿਆਂ ਨੂੰ ਇਹ ਕਹਿੰਦੇ ਸੀ, ਸਾਡੇ ਆਮ ਤੁਹਾਡੀ ਫੈਮਿਲੀ 'ਚ ਹੋਣਾ, ਮੁੰਡਾ ਕੀ ਕਰਦਾ, ਉਹ ਕਹਿੰਦਾ ਦੇ ਕੁਛ ਨਹੀਂ ਵਿਹਲਾ ਫਿਰਦਾ। ਅੱਛਾ ਵਿਹਲਾ ਫਿਰਦਾ ਰਹਿੰਦਾ, ਉਹਨਾਂ ਦਾ ਜਿਹੜਾ ਮਤਲਬ ਰਿਐਕਸ਼ਨ ਹੁੰਦਾ ਤਾਂ ਉਹ ਕਦੇ ਨਾ ਕਦੇ ਘਰਦਿਆਂ ਨੂੰ ਇਹ ਲੱਗਦਾ ਵੀ ਯਾਰ ਬਹੁਤ ਮਾੜਾ ਕੰਮ ਹੋ ਗਿਆ, ਸਾਡਾ ਮੁੰਡਾ ਵਿਹਲਾ ਫਿਰਦਾ ਜਾਂ ਕੁਛ ਵੀ ਕਰਦਾ। ਉਹ ਕਦੇ ਨਾ ਕਦੇ ਇਹ ਚੀਜ਼ ਆ ਵੀ ਹੁਣ ਬੇਕਰੀ ਕਰ ਲਈ, ਅਸੀਂ ਕਿਹੜਾ ਕਿਸੇ ਨੂੰ ਪੈਸੇ ਦੇਣ ਜਾਂਦੇ ਹਾਂ, ਅਸੀਂ ਤਾਂ ਆਪਦੇ ਕੋਲ ਹੀ ਰੱਖਣੇ ਹਾਂ, ਪਰ ਉਹ ਇੱਕ ਤਰ੍ਹਾਂ ਇੱਕ ਸਟੇਟਸ ਸਿੰਬਲ ਹੋ ਜਾਂਦਾ ਵੀ ਯਾਰ ਪਤਾ ਨਹੀਂ ਬਹੁਤ ਵੱਡਾ ਕੰਮ ਕਰੀ ਜਾਂਦਾ, ਹੈ ਨਾ। ਤਾਂ ਇਹ ਚੀਜ਼ ਆ ਵੀ ਮੋਸਟਲੀ ਸਾਡੇ ਇਹ ਪ੍ਰੋਬਲਮ ਆਉਂਦੀ ਆ, ਜਿਹੜਾ ਬੰਦਾ ਬੜਾ ਲੱਖ ਵਧੀਆ ਹੋਵੇ, ਲੋਕਾਂ ਨੇ ਉਹਦੇ ਬਾਰੇ ਨਜ਼ਰ ਰੱਖਣੀ ਰੱਖਣੀ ਯਾਰ, ਕੀ ਕਰਦਾ, ਕਿਵੇਂ ਕਰਦਾ, ਕਿਉਂ ਕਰਦਾ, ਕੀ ਹੈ, ਕਿਉਂਕਿ ਇੰਡੀਆ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ। ਤਾਂ ਵਧੀਆ ਚੀਜ਼ ਹੈ, ਚਲੋ ਤੁਹਾਨੂੰ ਪਰਮਾਤਮਾ ਨੇ ਵਧੀਆ ਨਾਮ ਦਿੱਤਾ, ਸਾਡਾ ਨਾਮ ਬਣਿਆ, ਨਾ ਬੇਕਰ ਦਾ ਨਾਮ ਬਣਿਆ ਜਦੋਂ, ਅਤੇ ਉਹ ਤੋਂ ਬਾਅਦ ਲੋਕਾਂ 'ਚ ਜਾਣ ਪਛਾਣ ਵੀ ਵਧੀ ਆ, ਠੀਕ ਆ। ਤੁਹਾਨੂੰ ਤੁਹਾਡੀ ਫੈਮਿਲੀ ਦੇ ਮੰਨੀ ਨਹੀਂ ਦੇਖਣਾ ਪੈਂਦਾ ਪੈਸੇ ਦੇ ਲਈ, ਤੁਸੀਂ ਆਪ ਕਮਾਉਂਦੇ, ਆਪ ਖਾਂਦੇ, ਹੈ ਨਾ, ਠੀਕ ਆ। ਤੁਹਾਡੇ ਅੰਡਰ 10 ਮੁਲਾਜ਼ਮ ਕੰਮ ਕਰ ਰਹੇ ਆ, ਪਰਮਾਤਮਾ ਦੀ ਇਹ ਕਿਰਪਾ ਵੀ ਰਹੀ ਆ, ਤੁਸੀਂ 10 ਬੰਦਿਆਂ ਨੂੰ ਹੋਰ ਰੁਜ਼ਗਾਰ ਦਿੱਤਾ, ਇਹ ਬਹੁਤ ਵੱਡੀ ਗੱਲ ਆ, ਠੀਕ ਆ। ਤਾਂ ਮੈਂ ਅਕਸਰ ਹੀ ਕਹਿੰਦਾ ਵੀ ਹੁਣ ਬੜੀਆਂ ਪਿੱਛੇ ਜੋਬ ਨਿਕਲੀਆਂ ਸੀ, ਪਹਿਲਾਂ ਸ਼ਾਇਦ ਮੈਂ ਜੋਬ ਦੀ ਤਿਆਰੀ ਵੀ ਕਰਦਾ ਸੀ ਵੀ ਜੋਬ ਲੱਗਾਂਗੇ, ਪਰ ਮੈਂ ਹੁਣ ਕਿਸੇ ਟੈਸਟ ਨੂੰ ਨਹੀਂ ਦਿੱਤਾ। ਲੋਕ ਮੈਨੂੰ ਇਹ ਕਹਿੰਦੇ ਯਾਰ ਤੂੰ ਜੋਬ ਕਿਉਂ ਨਹੀਂ ਕਰਦਾ, ਮੈਂ ਉਹਨੂੰ ਕਹਿੰਦਾ ਨਾ ਵੀ ਜਿੰਨੀ ਸਰਦਾਰੀ ਮਤਲਬ ਇਸ ਬਿਜ਼ਨਸ ਦੇ ਵਿੱਚ ਆ, ਤੁਸੀਂ ਕਦੋਂ ਮਰਜ਼ੀ ਤੁਹਾਡਾ ਜੀ ਕੀਤਾ, ਤੁਸੀਂ ਦੁਕਾਨ ਖੋਲ੍ਹੋ ਕਦੋਂ ਜੀ ਕੀਤਾ, ਮੈਂ ਇਹਦੇ ਮਨ 'ਚ ਖਿਆਲ ਆਈ ਜਾਂਦਾ ਸੀ ਜੇ ਤੁਸੀਂ 10 ਮਿੰਟ ਨਾ ਆਉਂਦੇ ਤਾਂ ਮੈਂ ਜਾ ਕੇ ਸੌ ਜਾਣਾ ਸੀ ਘਰੇ, ਵੀ ਇੱਕ ਇਹਦੀ ਮਤਲਬ ਆਪਦੇ ਕੰਮ ਦੀ ਇਹ ਸਭ ਤੋਂ ਵਧੀਆ ਖੂਬਸੂਰਤੀ ਆ, ਤੁਸੀਂ ਆਪਦੇ ਆਪ ਹੀ ਮਾਲਕ ਆ, ਤੁਹਾਡੇ 'ਤੇ ਕੋਈ ਬੌਸ ਨਹੀਂ, ਠੀਕ ਆ। ਪਰ ਤੁਹਾਨੂੰ ਫਿਰ ਵੀ ਕੁਛ ਚੀਜ਼ਾਂ ਸਿੱਖਣੀਆਂ ਚਾਹੀਦੀਆਂ, ਸਮਝਣੀਆਂ ਚਾਹੀਦੀਆਂ ਵੀ ਤੁਸੀਂ ਇੰਨੇ ਲਾਪਰਵਾਹ ਨਾ ਹੋ ਵੀ ਤੁਹਾਡੇ ਭਾਂਡੇ ਵਿਕਣ 'ਤੇ ਆ ਜਾਣ, ਵੀ ਉਸ ਚੀਜ਼ ਨੂੰ ਵੀ ਤੁਸੀਂ ਮੈਨੇਜ ਕਰੋ, ਪਰ ਇੰਨੇ ਵੀ ਨਾ ਤੁਸੀਂ ਇਸ ਚੀਜ਼ ਖੁੱਭੋ ਵੀ ਯਾਰ ਤੁਹਾਨੂੰ ਆਪਦੇ ਬੱਚਿਆਂ ਦਾ ਜਾਂ ਪਰਿਵਾਰ ਦਾ ਹੀ ਖਿਆਲ ਭੁੱਲ ਜੇ, ਠੀਕ ਆ। ਬੜੇ ਲੋਕ ਹੁੰਦੇ ਆ ਸਵੇਰੇ
ਆ 7 ਵਜੇ ਦੁਕਾਨ ਖੋਲਣਾ ਤੇ ਰਾਤ ਦੇ 11 ਵਜੇ ਤੱਕ ਉੱਥੇ ਕੱਢ ਦਾਂਦੇ ਆ ਤਾਂ ਸਾਰੀ ਉਮਰ 70 ਦੇ 70 80 ਦੇ 80 ਸਾਲ ਐਂ ਜ਼ਿੰਦਗੀ ਬਤੀਤ ਕਰ ਜਾਂਦੇ ਆ ਪਰ ਠੀਕ ਆ ਤੁਹਾਨੂੰ ਪਰਮਾਤਮਾ ਨੇ ਜ਼ਿੰਦਗੀ ਦੇਖੀ ਦਿੱਤੀ ਆ ਉਹਨੂੰ ਮੈਨੇਜ ਕਰੋ ਥੋੜਾ ਮੋਟਾ ਟਾਈਮ ਆਪਦੀ ਫੈਮਿਲੀ ਨੂੰ ਦਿਓ ਥੋੜੀਆਂ ਖੁਸ਼ੀਆਂ ਆਪਦੇ ਹੈਲਥ ਪ੍ਰਤੀ ਕੌਂਸ਼ੀਅਸ ਰਹੋ ਤਾਂ ਬਹੁਤ ਸੋਹਣੀ ਚੀਜ਼ ਆ ਦੇਖੋ ਬਿਜ਼ਨਸ ਜਿਹੜਾ ਕਰਨਾ ਚਾਹੀਦਾ पैर नहीं छड़दे बई मैं पहले भी कहा जो तुम काम करते किसी छेती कि चलो माड़ी मोटी कोई मदद कर दोगे पैर छड़न का मतलब कई बार हों टेस्ट चेंज हो जाता मतलब बहुत लोग कहते यार उन्होंने बड़ा वधिया प्रोडक्ट से बड़ा वधिया देंदे तो पैर छड़ के भी टेस्ट जिहड़ा सानू एडा वधिया नहीं देंदे जो बदल गए जी हुण उन्होंने कस्टम आन लग गए स्वाद खराब हो गया वो मालक कदे नहीं चाहता होगा भी कोई मैनू पैसे वटा के कहते वो मूँह च कोई चीज़ पवेगी वो माड़े टेस्ट की पवे पर कदे ना कदे ये हो जाता भी लेबर के उत्ते लोड हुंदा उहनू हुंदा यार हुण तां गाहक वध आई जांदे माड़ा मोटा टेस्ट भी मतलब लेबर ने करना कोई भी मालिक इदा का नहीं होगा दुकानदार इदा का नहीं होगा जिहड़ा किसी तो पैसे लेके तो यह कमाना चाहता हो असी अक्सर ही देखते हैं भी साढ़े को 100 गाहक चले गए पर एक गाहक ने कहता यार तुहाडी चीज़ स्वाद नहीं आया तो साडा वो सारे का सारा दिन भी साढ़े लिए आपदे लिए एक माड़ा दिन असी कहिंदे आ भी यार बंदा आया तो यार उसे टेस्ट नहीं लग्या तो वो एक साढ़े लिए एक तरह की आपदे आप च मतलब सानू महसूस होंदी है चीज़ फीडबैक जरूरी है ठीक है कोई चीज़ खाँदा तो खाने तो बाद अपना 5 रुपए या 10 रुपए की चीज़ खा के गया जान लगे सानू यह कह के यार तुहाडी चीज़ बड़ी स्वाद है नज़ारे आ गया तो सानू शायद 10,000 कमाउण दा शाम नू 10,000 कमा के वह इन्ना वधिया नहीं लगता जिहड़े 10 रुपए की चीज़ बेच के तो बाद शब्द सुनते स्वाद आता स्वाद वक्री होंगे ਪਲੱਸ ਬਾਕੀ ਉਹ ਤੁਹਾਡਾ ਵਰਕ ਕਾਰਡ ਜ਼ਰੂਰ ਹੋਣਾ ਚਾਹੀਦਾ ਹੈਗਾ ਜਦੋਂ ਤੁਸੀਂ ਟ੍ਰੇਨਿੰਗ 'ਤੇ ਜਾਂਦੇ ਹੋ ਮੈਂ ਹੈਦਰਾਬਾਦ ਗਿਆ ਸੀ ਹੈਦਰਾਬਾਦ ਦੇ ਵਿੱਚ 5-star ਹੋਟਲ 'ਚ ਮੈਂ ਵਰਕ ਕੀਤਾ ਸੀਗਾ ਟ੍ਰੇਨਿੰਗ ਉੱਥੇ ਮੇਰਾ ਸਾਰਾ ਕੁਝ ਚੇਂਜ ਹੋ ਗਿਆ ਸੀ ਇੱਥੋਂ ਨਾਲ ਜਿਵੇਂ ਤੁਹਾਡਾ ਫੂਡ ਚੇਂਜ ਹੋ ਗਿਆ ਲੈਂਗੁਏਜ ਚੇਂਜ ਹੋ ਗਈ ਸੀ ਪਲੱਸ ਮੇਰਾ ਸਾਰਾ ਸਿਸਟਮ ਟੈਂਪਰੇਚਰ ਉੱਧਰ ਦਾ ਚੇਂਜ ਹੋ ਗਿਆ ਸੀਗਾ ਲੋਕ ਚੇਂਜ ਹੋ ਗਏ ਸੀਗੇ ਲੈਂਗੁਏਜ ਸਾਰੀ ਚੇਂਜ ਹੋ ਗਈ ਮੈਂ ਉਹਨਾਂ ਨਾਲ ਐਡਜਸਟ ਕਰਕੇ ਮੈਂ 6 ਮੰਥ ਉੱਤੇ ਆਪਣੀ ਟ੍ਰੇਨਿੰਗ ਜ਼ਰੂਰ ਕੰਪਲੀਟ ਕੀਤੀ ਤਾਂ ਉੱਥੋਂ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਜਦੋਂ ਉੱਧਰੋਂ ਆਇਆ ਵਾਪਸ ਤਾਂ ਉਹਨਾਂ ਨੇ ਮੈਨੂੰ 3 ਦਿਨਾਂ ਬਾਅਦ ਵਾਪਸ ਕਹਿੰਦੇ ਤੈਨੂੰ ਜੋਬ ਦੇਣੀ ਹੈਗੀ ਆ ਮੈਨੂੰ ਉਹਨਾਂ 3 ਦਿਨਾਂ ਬਾਅਦ ਉੱਥੇ ਵਾਪਸ ਆ ਗਿਆ ਸੀ ਕਹਿੰਦੇ ਤੈਨੂੰ ਅਸੀਂ ਜੋਬ ਜ਼ਰੂਰ ਦੇਵਾਂਗੇ ਤਾਂ ਇੱਦਾਂ ਮੈਂ ਇਹ ਵਰਕ ਹਾਰਡ ਦੇ ਉੱਤੇ ਤੁਹਾਨੂੰ ਜ਼ਰੂਰ ਕਰਨ ਦੇ ਨਾਲ ਤੁਸੀਂ ਨੌਜਵਾਨ ਜਿਹੜੇ ਹੈਗੇ ਆ ਉਹ ਇੱਥੇ ਥੋੜ੍ਹਾ ਟਾਈਮ ਸਪੈਂਡ ਕਰਨਾ ਪੈਂਦਾ ਪਲੱਸ ਤੁਹਾਨੂੰ ਇਹ मेरा भाई सिर्फ ये हैगा उन्होंने मैसेज भी तुसीं रिस्क लैना सीखो जे तुहाडे तुसीं रिस्क लैना नहीं सीखते जिवें साडियां कम्यूनिटियां वह बड़े सेम मूड च चलदियां ठीक है इनवैसट नहीं करना चाहते हैं मैं अक्सर ही कहना हूँ जे तुसीं 3 जने भजदे आ तां जां पहले नंबर ते आओगे जां दूजे जाओगे तीजे आओगे जे तुहाडे पिछे 6 भजदा तां तुहानूं पहले ते आउणा ही पैणा ठीक है देखो तुसीं जे बिजनेस करदे ना जे तुसीं 50,000 दा बिजनेस करदे आ तुहाडे कोल 5 करोड़ की प्रॉपर्टी पई आ जां सॉरी 50 लाख की प्रॉपर्टी पई आ तां तुसीं 50,000 दा बिजनेस करोगे तुसीं बहुत क्लीयर होगा जे ना चलिया तुसीं बंद कर दोगे जे 5 लाख का करोगे तो तुहाडे दिमाग च कदे ना कदे होगा चल चला लगे बंद कर जे 25-30 लाख का बिजनेस करोगे ना तुहानूं तुहाडे दिमाग च एक साइकोलॉजी फैक्टर होगा भी यार बिजनेस डुब गया मैं सारा डुब जाऊँगा ठीक है तो वो पिछे तुहाडा एक पिछे शेर भाई का होगा पंजाबी दे विच तो तुसीं जाउण दे लई साढ़े भी मतलब जिवें असीं जे 50,000 लाया हुंदा तां शायद असीं बंद कर जांदे पर 25 लाख जिहड़ा 30 लाख रुपया साडा इस चीज़ इनवैसट होया सी सानूं इह बंद करन लई मैनूं कदे प्रेरित नहीं करूगा जदों तुसीं आपदे एक डायरैक्शन मन्नी क्लीयर हो जाओगे भी मैं ही कुछ करना ठीक है क्योंकि मोस्टली मैं प्रॉब्लम फेस की आ साडियां जिहड़ियां डायरैक्शन आ उह कौन निर्धारित करदा साढ़े आसे पासे वाले लोग निर्धारित करते साढ़े रिश्तेदार निर्धारित करते
तो घट्टो घट तुसी एक चीज़ चुनो उते फोकस करो उते एनर्जी लाओ ठीक है जिंदगी दे विच घाटा भी बहुत कुछ सिखाउंदा तुहानू तां इही प्रॉब्लम है मैनू लगता भी बड़े लोग यार बाहर जाते सिर्फ इसलिए जाते भी बाहर जाके असीं काम ही करना ठीक है पर इत्थे रह के भी बंदा बहुत वड्डे रिस्क लो ठीक है तुसी रिस्क लैंदे आ पैसे दी इन्वेस्टमेंट करो टाइम दी इन्वेस्टमेंट करो तां परमात्मा तुहाडे नाल कदे ना कदे आके जरूर खड़दा ठीक है जे तुसी इही सोचो जिवें तुसी एक कहानी माउंटेन मैन दा माझी सुनी होगी वह बंदे ने छैनी ते थोड़े ने पहाड़ कटता तो इतों वड्डी प्राप्ति की हो सकती है भी एक बंदे ने 20-25 साल पहाड़ नूं कट्टी गया तो उन्हें एक रास्ता क्रिएट करता तो साढ़े लिए चीज़ा बहुत छोटी जो असी धार लिया कुछ प्राप्त करना तो कुदरत ने तुहानू उस रस्ते पाउण दे विच तुहाडी मदद करनी शुरू कर देने ठीक है बड़े लोग थलों उपर तक जाते हैं ये चीज़ होंगी है ਸ਼ਰਮ ਮੰਨੋ।